ਇਹ ਆਂਦਾ ਉਹ ਆਂਦਾ ਰਿਹਾ ਵੀ ਮੈਨੂੰ ਮਾਰੋ ਨਾ ਮੈਂ ਮੁਸਲਮਾਨ ਹੋ ਜਾਂਦਾ ਤਾਂ ਤੇਰੇ ਉਹ ਹੈ ਨਹੀਂ ਪੁੱਤਰ ਕੋਈ ਵੀ ਤਾਂ ਮੈਨੂੰ ਪੁੱਤਰ ਬਣਾ ਲਿਆ ਉਹ ਫਿਰ ਚੜ੍ਹਿਆ ਤਾਂ ਉੱਤੇ ਤਾਂ ਇਹਨੇ ਕਿਹਾ ਚੱਲ ਫਿਰ ਆ ਜਾ ਥੱਲੇ ਉਹ ਜਿਸਲੇ ਥੱਲੇ ਆਇਆ ਜਿਸਲੇ ਉਹ ਨੇੜੇ ਆ ਗਿਆ ਤਾਂ ਬਲਮ ਮਾਰੀ ਤੇ ਥੱਲੇ ਮਾਰ ਮਾਰ ਦਿੱਤਾ ਉਹ ਬੁੱਢੇ ਨੂੰ ਵੀ ਮਾਰ ਦਿੱਤਾ ਇਹਨੂੰ ਵੀ ਮਾਰ ਦਿੱਤਾ ਉਹਦਾ ਆਪਣਾ ਫਿਰ ਐਂਡ ਬੁਰਾ ਹੀ ਹੋਇਆ ਜੋ ਕਰਨਾ ਸੋ ਹੀ ਭਰਨਾ ਜੋ ਕਰਨਾ ਸੋ ਭਰਨਾ ਇੱਕ ਸਿੱਖ ਜਿਹੜਾ ਸੀ ਮਾਸਟਰ ਸਾਡਾ ਮਰ ਗਿਆ ਉਹਨੂੰ ਮਾਰ ਕੇ ਆਇਆ ਕਿ ਉਹਨੂੰ ਵੀ ਉਹ ਪਿਆ ਨਾ ਲੈ ਕੇ ਜੱਸੇ ਦੇ ਅੱਗੇ ਲੱਗ ਕੇ ਆਇਆ ਕਾਲੇ ਬੱਕਰੇ ਦਾ ਸਟੇਸ਼ਨ ਸਦਾਉਂਦਾ ਸੀ ਉਹ ਸਟੇਸ਼ਨ ਦੇ ਸਾਹਮਣੇ ਨਿਕਲ ਕੇ ਜੱਸਾ ਪਿਆ ਅਤੇ ਮੈਂ ਫਿਰ ਜਿਹੜੇ ਸ਼ਾਮ ਸਾਡਾ ਗੱਡਾ ਉੱਥੇ ਪਹੁੰਚਿਆ ਸੀ ਸ਼ਾਮੀ ਮੈਂ ਖਿਆਲ ਹੈ ਵੀ ਆਹ ਤਾਂ ਉਹ ਹੀ ਮਾਸਟਰ ਹੈ ਇੱਕ ਦੀਆਂ ਲੱਤਾਂ ਇੱਧਰ ਨੂੰ ਕੀਤੀਆਂ ਮੰਜੀ 'ਤੇ ਅਤੇ ਇੱਕ ਦਿਨ ਦੋਵਾਂ ਦੇ ਕੇਸ ਖਿਲਾਰ ਕੇ ਵਿੱਚ ਸੁਹਾ ਪਾਈ ਸੀ ਅਤੇ ਦੂਜੇ ਸਾਡੇ ਵੀ ਬੰਦੇ ਮਰੇ ਪਏ ਸੀ ਬਸੇਰੇ ਗੱਡੇ ਪਰਾਂ ਕਰ ਲਾਸ਼ਾਂ ਪਰਾਂ ਕਰਕੇ ਗੱਡੇ ਲਗਾਏ ਸੀ ਇੰਨੇ ਕੁ ਬੰਦੇ ਮੋਏ ਸਨ ਉੱਥੇ ਅਖੀਰ ਆ ਗਏ ਰਾਤ ਨੂੰ ਫਿਰ ਅਸੀਂ ਅਗਲੇ ਦਿਨ ਲੈਲਪੁਰ ਧੋਬੜੀ ਜਿਹਨਾਂ ਦਾ ਇਹਨਾਂ ਨੇ ਨਾਂ ਲਿਆ ਪਿੰਡ ਦਾ ਉੱਥੇ ਆਣ ਕੇ ਤਾਂ ਫਿਰ ਹੁਣ ਕੀ ਦੇਖਦੇ ਹੋ ਕਹਿੰਦੀ ਉਹ 6-7 ਬੰਦੇ ਉਹਨਾਂ ਨੇ ਉੱਥੇ ਬੰਦੇ 10-15 ਜੋੜ ਕੇ ਛੱਡ ਕੇ ਆ ਸੀ ਅਤੇ ਉਹ 6-7 ਉੱਥੇ ਕਤਲ ਕਰ ਦਿੱਤੇ ਉਹ 6-7 ਜਿਹੜੇ ਕਤਲ ਕਰਤੇ ਫਿਰ ਇਹਨਾਂ ਨੇ ਉੱਥੇ ਉਹ ਦੋ ਦਿਨ ਪਏ ਰਹੇ ਫਿਰ ਇਹਨਾਂ ਨੂੰ ਖੁਰਲੀਆਂ 'ਚ ਜੋ ਕੇ ਧਰ ਕੇ ਇੱਧਰ ਸੇਮ ਨਾਲ ਹੀ ਸਦਾਉਂਦੀ ਆ ਅਗਾਂਹ ਸੁੱਟ ਕੇ ਆਏ ਉੱਥੇ ਵੀ ਉਹ ਜਿਵੇਂ ਜੋ ਕੁਝ ਹਾਲ ਮੁਰਦਾਰ ਦਾ ਹੁੰਦਾ ਨਾ ਉਹਨਾਂ ਨੂੰ ਕਿਸੇ ਦੱਬਿਆ ਨਾ ਉਹਨਾਂ ਨੂੰ ਕੁਛ ਨਹੀਂ ਕੁਆਵਾਂ ਕੁੱਤਿਆਂ ਤੋਂ ਬਾਅਦ ਦੂਰ ਇਹ ਇਸ ਇਹ ਸਟੋਰੀ ਅਤੇ ਇਹ ਸਾਡੇ ਓਕਲੇ ਦਹਿਲਾ ਚੱਠਾ ਕਿੱਥੇ ਕੋਲ ਜੀ ਦਹਿਲਾ ਚੱਠਾ ਇਹ ਕਿਹੜਾ ਪਿੰਡ ਜੰਮੂ ਵਾਲਾ ਡੇਰਾ ਕਾਫੀ ਵੱਡਾ ਪਿੰਡ ਹੈ ਜੀ ਸੇਮ ਛੋਟੀ ਜਿਹੀ ਲੰਘਦੀ ਪਈ ਹੈ ਦਹਿਲਾ ਚੱਠੇ ਪਿੰਡ ਦੇ ਵਿੱਚ ਆ ਗਏ ਅਸੀਂ ਅੱਜ ਤੁਹਾਨੂੰ ਦਹਿਲਾ ਚੱਠਾ ਪਿੰਡ ਦਿਖਾਉਣਾ
ਕੇਸ਼ੂ ਭਾਈ ਨੇ ਪ੍ਰੋਗਰਾਮ ਕੀਤਾ ਸੀ ਥੋੜ੍ਹੇ ਦਿਨ ਪਹਿਲਾਂ, ਕੇਸ਼ੂ ਮੁਲਤਾਨੀ ਨੇ, ਇਹ ਉਹਨਾਂ ਵਾਸਤੇ ਅਸੀਂ ਸਪੈਸ਼ਲ ਉਹਨਾਂ ਬਜ਼ੁਰਗਾਂ ਵਾਸਤੇ ਉਹਨਾਂ ਦੀ ਪਿੰਡ ਦੀ ਵੀਡੀਓ ਬਣਾ ਰਹੇ ਹਾਂ ਜੀ। ਪਿੰਡ ਦੀ ਲੈਂਦੀ ਸਾਈਡ ਹੈ ਕਲੇਰ ਇੰਡੀਆ ਚੋ ਕਿਹੜੇ ਸ਼ਹਿਰ ਚੋ ਜਾਂ ਕਿਹੜੇ ਪਿੰਡ ਚੋ ਆਏ ਹੋ ਇੱਥੇ? ਅਸੀਂ ਇੰਡੀਆ ਚੋ ਆਏ ਹਾਂ, ਜ਼ਿਲ੍ਹਾ ਹੁਸ਼ਿਆਰਪੁਰ, ਤਹਿਸੀਲ ਦਸੂਹਾ, ਥਾਣਾ ਮਕੇਰੀਆਂ ਸੀ। ਤੇ ਪਿੰਡ ਦਾ ਨਾਮ? ਪਿੰਡ ਦਾ ਨਾਂ ਸੀ ਸਾਡੇ ਬੇਗਪੁਰ ਕਮਲੂਹ। ਸਾਰੇ ਮੁਸਲਮਾਨਾਂ ਦੇ, ਕੁਮਾਰਾਂ ਦੇ ਚੰਦ ਘਰ ਜਿਹੜੇ ਸੀ ਨਾ, ਪੰਜ ਸੱਤ ਚਮਾਰਾਂ ਦੇ ਸੀ, ਚਮਾਰਾਂ ਦੇ ਸੀ, ਬਾਕੀ ਸਾਰੇ ਮੁਸਲਮਾਨ ਸਨ। ਤੇ ਤੁਹਾਡੇ ਪਿੰਡ ਕੋਈ ਸਕੂਲ ਹੈ ਸੀ? ਉਸ ਵੇਲੇ ਸਕੂਲ ਕੋਈ ਨਹੀਂ ਸੀ, ਕਦੀ ਪਹਿਲੇ ਰਿਹਾ ਅਤੇ ਫਿਰ ਸਕੂਲ ਖਤਮ ਹੋ ਗਿਆ ਸੀ। ਸਾਡੇ ਪਿੰਡ ਦਾ ਇੱਕ ਮਾਸਟਰ ਸੀ, ਪਹਿਲਾਂ ਉਲਾਮੇ ਕਿਤੇ ਲੱਗਾ ਸੀ, ਅਤੇ ਜਿੰਨਾ ਚਿਰ ਚੱਲਦਾ ਰਿਹਾ ਚੱਲਦਾ ਰਿਹਾ, ਜਿਲ੍ਹੇ ਉਹ ਸਾਡੇ ਪਿੰਡ ਦੇ ਮਾਸਟਰ ਦੀ ਵਾਰੀ ਆਈ ਤਾਂ ਸਕੂਲ ਟੁੱਟ ਗਿਆ। ਮਾਸਟਰ ਦਾ ਨਾਮ ਪਤਾ? ਹਾਂ ਪਤਾ ਮੈਨੂੰ, ਮਾਸਟਰ ਅਤਾ ਮੁਹੰਮਦ ਸੀ ਉਹਨਾਂ ਦਾ। ਅਤਾ ਮੁਸਲਮਾਨ ਸੀ ਉਹ। ਅਤੇ ਤੁਸੀਂ ਕਿੰਨੇ ਕਲਾਸਾਂ ਪੜ੍ਹੀਆਂ ਉਸ ਸਕੂਲ? ਉੱਥੋਂ ਬਸ ਇੱਕੋ ਹੀ ਅਲਫਾਬੇਟ ਪੜ੍ਹੀ ਹੈ ਬਸ। ਹਾਂ ਫਿਰ ਉਸ ਵੇਲੇ ਇੱਕ ਪੈਸਾ ਸੀ, ਉਹਦੀ ਇੱਕ ਪੈਸੇ ਦੀ ਸਿਗਰਟਾਂ ਦੀ ਡੱਬੀ ਆਉਂਦੀ ਸੀ। ਆਪਣਾ ਜ਼ਿਮੀਦਾਰਾ ਸੀ, ਜ਼ਮੀਨ ਭਾਂਡਾ ਸੀ। ਕਿੰਨੀ ਕੁ ਜ਼ਮੀਨ ਸੀ? ਜ਼ਮੀਨ ਅੱਛੀ ਭਲੀ ਸਾਡੀ, ਤੇ ਜਿਹੜੀ ਮਰਬੇ ਉੱਥੇ ਜ਼ਮੀਨ ਸੀ, 26-27 ਕਿੱਲੇ ਜ਼ਮੀਨ ਸੀ। ਸਾਡਾ ਕਲੇਮ ਇੱਥੇ ਆ ਗਿਆ ਸੀ 27 ਕਿੱਲਿਆਂ। ਉਸ ਪਿੰਡ ਦੇ ਨਾਲ ਵੱਡਾ ਪਿੰਡ ਕਿਹੜਾ ਸੀ? ਹੋਰ ਇੱਕ ਪਿੰਡ ਧਾਮੀਆਂ। ਧਾਮੀਆਂ ਉਹਦੇ ਉਹ ਬਾਬਾ ਸਾਡੇ ਨੂੰ ਤਗੜਾ ਸੀ। ਉੱਥੇ ਕਿਹੜੀਆਂ ਬਰਾਦਰੀਆਂ ਰਹਿੰਦੀਆਂ? ਉੱਥੇ ਸਿੱਖ ਹੀ ਸਨ, ਸਿੱਖ ਹੀ ਰਹਿੰਦੇ ਸਨ। ਬ੍ਰਹਿਮਾ ਸਿੰਘ ਅਤੇ ਕਾਲਾ ਸਿੰਘ ਅਤੇ ਇਸ ਤਰ੍ਹਾਂ ਦੇ ਨਾਂ ਉਹਨਾਂ ਦੇ ਆਏ ਸਨ। ਬਾਬਾ ਬ੍ਰਹਿਮਾ ਵੀ ਮੈਂ ਵੇਖਿਆ, ਕਾਲਾ ਸਿੰਘ ਵੀ ਵੇਖਿਆ। ਉਹ ਕਿਹੜੇ ਪਿੰਡ ਦੇ ਸਨ? ਉਹ ਧਾਮੀਆਂ ਦੇ। ਧਾਮੀਆਂ ਜਿੱਥੇ ਨਵੀਂ ਕਨਾਵੀਂ ਛਿੰਝ ਪੈਂਦੀ ਸੀ 14 ਭਾਦੋਂ ਨੂੰ, 14 ਤੇ 15 ਭਾਦੋਂ ਨੂੰ 2 ਦਿਨ ਛਿੰਝ ਆਉਂਦੀ ਸੀ, ਜਿਹਦੇ 'ਚ ਦੁਨੀਆਂ ਦੇ ਭਲਵਾਨ ਇਕੱਠੇ ਹੁੰਦੇ ਸਨ। ਅੱਛਾ, ਮੇਲਾ ਲੱਗਦਾ? ਏਡਾ ਵੱਡਾ ਮੇਲਾ ਮੰਡੀ ਲੱਗਦਾ ਸੀ, ਬੜਾ ਬੜਾ ਭਲਵਾਨ ਆਉਂਦਾ ਸੀ ਉੱਥੇ। ਅੰਮ੍ਰਿਤਸਰ ਦੇ ਭਲਵਾਨ ਉੱਥੇ ਗਏ, ਲਾਹੌਰ ਦੇ ਉੱਥੇ ਗਏ, ਜਿੰਨਾ ਇਹ ਦੁਆਬਾ ਸੀ ਉਹ ਛਿੰਝ ਪੈਂਦੀ ਸੀ। ਪਹਿਲੀ ਪਿੰਡ ਬੱਬੇ ਵਾਲੀ ਲੱਗਦੀ ਸੀ ਛਿੰਝ, ਪਿੰਡ ਪਹਿਲਾਂ ਬੱਬੇ ਵਾਲੀ ਸੀ, ਦਰਿਆ ਦੇ ਕੰਢੇ 'ਤੇ ਗੁਰਦਾਸਪੁਰ ਦੇ ਬੰਨੇ 'ਤੇ। ਉੱਥੋਂ ਹਟ ਕੇ ਤਾਂ ਫਿਰ ਆ ਜਾਂਦੀ ਸੀ ਭਗਾਲੇ, ਫਿਰ ਭਗਾਲਿਓਂ ਹਟ ਕੇ ਤਾਂ ਆ ਜਾਣੀ ਧਾਮੀ, ਧਾਮੀਓਂ ਹਟ ਕੇ ਤੇ ਫਿਰ ਆ ਜਿਹੜੀ ਸਧਵਾਲ, ਸਧਵਾਲ ਜਾ ਕੇ ਮੁੱਕ ਜਾਂਦੀ ਸੀ। 5-7 ਪਿੰਡ ਹੁੰਦੇ ਸਨ ਇਹ ਛਿੰਝ ਦੇ। ਤੁਸੀਂ ਜਾਂਦੇ ਸੀ ਉੱਥੇ ਮੇਲਾ ਦੇਖਣ? ਅਸੀਂ ਬਿਲਕੁਲ ਆਪਣੇ ਬਜ਼ੁਰਗਾਂ ਦੇ ਨਾਲ ਛੋਟੇ ਛੋਟੇ ਹੁੰਦੇ ਜਾਂਦੇ ਸਾਂ। ਤੁਹਾਨੂੰ ਆਪਣੇ ਬਜ਼ੁਰਗਾਂ ਦੇ ਨਾਮ ਯਾਦ ਨੇ? ਬੜਾ ਯਾਦ ਹੈ। ਕੀ ਨਾਮ ਸੀ ਉਹਨਾਂ ਦੇ ਦੱਸੋ? ਸਾਡੇ ਬਾਲ ਦਾ ਨਾਂ ਸੀ ਫਜ਼ਲ ਮੁਹੰਮਦ। ਫਜ਼ਲ ਮੁਹੰਮਦ, ਹਾਂਜੀ। ਅਤੇ ਦਾਦਾ ਜੀ ਦਾ? ਦਾਦਾ ਜੀ ਦਾ ਨਾਂ ਬਰਕਤ ਅਲੀ। ਸਹੀ ਸਹੀ। ਇਸੇ ਤਰ੍ਹਾਂ ਹੀ ਨਾਲ ਕੋਈ ਤਾਇਆ ਸੀ। ਤੁਹਾਡੀ ਕੌਮ ਅਵਾਨ? ਅਵਾਨ ਕੌਮ ਸਾਡੀ, ਅਵਾਨ ਸਾਰਾ ਪਿੰਡ 'ਚ ਹੈ ਸੀ। ਅਵਾਨ ਸਾਰਾ ਪਿੰਡ ਹੀ? ਸਾਰਾ ਪਿੰਡ ਹੀ ਅਵਾਨਾਂ ਦਾ। ਦੂਸਰਾ ਘਰ ਮੁਸਲਮਾਨਾਂ ਦੇ ਵਿੱਚ ਨਾ, ਹੋਰ ਕੋਈ ਘਰ ਨਹੀਂ। ਉਹ ਤੁਸੀਂ ਉਸ ਗੱਲ ਛੱਡੋ, ਮੁਸਲਮਾਨ ਜੀ ਸਨ ਭਾਵੇਂ ਜਿਹੜਾ ਵੀ ਸੀ, ਬਾਕੀ ਮੁਸਲਮਾਨ ਸੀ। 4-5 ਘਰ ਚਮਾਰਾਂ ਦੇ ਸੀ, ਉਹ ਉਹਨਾਂ ਲੋਕਾਂ ਨਾਲ ਮਿਲਦੇ। ਉਹਨਾਂ ਦੇ ਵੱਡਿਆਂ ਦਾ ਨਾਂ ਪਤਾ ਕਿ ਚਮਾਰਾਂ ਦਾ? ਚਮਾਰਾਂ ਦੇ, ਹਾਂ, ਬੜਿਆਂ ਨਾਵਾਂ ਦਾ ਪਤਾ। ਕੀ ਨਾਮ ਸੀ? ਇਹ ਬਾਬਾ ਖੇਮਾ,
ਉਦੋ ਫਿਰ ਅਮੀਆਂ ਸੀ, ਇਹ ਬਾਬਾ ਖੇਮਾ ਸੀ, ਬਾਬੇ ਖੇਮੇ ਦਾ ਪੁੱਤਰ ਸੀ ਵੱਡਾ ਅਮੀਆਂ, ਉਹਦੇ ਛੋਟਾ ਉਦੋ। ਤੁਹਾਡੇ ਹਾਨ ਦੇ ਤੁਹਾਡੇ ਯਾਰ ਦੋਸਤ ਜਿਹੜੇ ਉੱਥੋਂ ਦੇ ਸਿੱਖਾਂ ਦੇ ਮੁੰਡੇ ਹੈ ਸੀ? ਹਾਂਜੀ ਬਿਲਕੁਲ, ਸਿੱਖਾਂ ਦੇ ਸਿੱਖ ਤੋਂ ਸਾਡੇ ਪਿੰਡ 'ਚ ਕੋਈ ਨਹੀਂ ਸੀ, ਚਮਾਰ ਸੀ ਸਿਰਫ, ਉਹਨਾਂ ਦੇ ਮੁੰਡੇ ਸਾਡੇ ਕੋਲ ਆਇਆ ਜਿਹੜੇ ਸਾਡੇ ਹਾਣੀ ਸੀ। ਹਾਂਜੀ ਉਹਦੇ ਸਾਡੇ ਤੋਂ ਕੁਝ ਵੱਡੇ ਸਨ। ਇੱਕ ਬਾਬਾ ਮੋਤੀ ਰਾਮ ਸੀ, ਮੋਤੀ ਰਾਮ ਦਾ ਸੰਤ ਰਾਮ ਦੇ ਅੱਗੋਂ ਚਾਰ ਪੁੱਤਰ ਸਨ, ਜੈ ਰਾਮ, ਤੀਰਥ ਰਾਮ ਤੇ ਪਿਆਰਾ ਰਾਮ। ਡੰਗਰ ਬੱਚਾ ਰੱਖਿਆ, ਇਹ ਚਾਰ ਪੁੱਤਰ ਸਨ ਬਾਬੇ ਸੰਤ ਰਾਮ ਦੇ। ਹਾਂਜੀ ਨਾਲ ਸੀ ਉਹਦਾ ਨਾਂ ਨਿਹਰਾ, ਚੂੜਾ ਆਉਂਦੇ ਸਨ। ਉਹਦੇ ਪੁੱਤਰ ਦੇ ਨਾਲ ਇੱਕ ਨਾਂ ਬੰਤਾ ਸੀ ਤੇ ਦੂਜੇ ਦਾ ਹੁਣ ਮੇਰੇ ਨਾਂ ਉਹਦਾ। ਇਹ ਕੁਰਲੇ ਪਾਸੇ ਸੀ, ਉਹਦਾ ਨਾਂ ਬਾਬੇ ਦਾ ਨਾਂ ਸੀ ਗੋਂਦਾ। ਗੋਂਦਾ ਸੀ ਤਾਂ ਗੋਂਦੇ ਦਾ ਪੁੱਤਰ ਸੀ ਇੱਕ ਉਦੋ, ਇੱਕ ਦਾ ਨਾਂ ਮਲਾਵਾ, ਇੱਕ ਨਾਂ ਭਜੂ, ਇੱਕ ਬੰਤਾ, ਚਾਰ ਪੁੱਤਰ, ਤਿੰਨ ਚਾਰ ਪੁੱਤਰ ਉਹਦੇ ਸਨ। ਇਹ ਬਸ ਸਾਡੇ ਕੋਲ ਚਮਾਰ ਸਨ। ਤੁਹਾਡੇ ਪਿੰਡ ਖੇਡਾਂ ਕਿਹੜੀਆਂ ਹੁੰਦੀਆਂ ਸੀ? ਖੇਡਾਂ ਸਾਡੇ ਪਿੰਡ ਇਹ ਕੌਡੀ ਛੋਡੀ, ਢੋਲ ਢਾਲ ਵਜਾਉਂਦੇ ਸੀ ਨਾ ਬੰਦੇ ਸਾਡੇ, ਬਹੁਤ ਹੀ ਛਿੰਝਾਂ ਬਣਾਉਂਦੇ ਸੀ ਲੱਖ ਦਾਤੇ ਨੇ। ਗੁੜ ਸਿੱਖਣਾ ਤੁਸਾਂ ਕੋਈ ਤਕਲੀਫ ਜਾਂ ਨਹੀਂ ਬੰਦੀ ਅਤੇ ਤੁਸਾਂ ਗੁੜ ਸਿੱਖਣਾ, ਮੈਂ ਲੱਖ ਦਾਤੇ ਦੇ ਨਾਂ ਦੀ ਛਿੰਝ ਬਣਾਵਾਂਗਾ। ਸਾਡੇ ਕੋਲ ਹਰ ਟਾਈਮ ਇਹ ਹੀ ਕੰਮ ਰਹਿੰਦਾ ਸੀ, ਪੰਜੀ ਸੱਤੀ ਦਿਨ ਫਲਾਣੇ ਪਿੰਡ ਛਿੰਝ ਹੈ, ਫਲਾਣੇ ਪਿੰਡ ਛਿੰਝ ਹੈ। ਉਹ ਗੁੜ ਚੁੱਕ ਲੈਣ ਟੋਕਰੇ 'ਚ ਪਾ ਕੇ ਸ਼ੇਖ ਨੂੰ ਨਾਲ ਢੋਲ ਵਜਾਉਣੇ, ਉੱਥੇ ਮੁੰਡਿਆਂ ਇਕੱਠੇ ਹੋਣਾ ਤਾਂ ਕੌਡੀ ਕੋਲ ਹੁੰਦਾ ਸੀ ਜ਼ਿਆਦਾ, ਸਾਡੇ ਕੋਲ ਤਾਂ ਹੋਰ ਹੀ ਦੂਤੇ ਨਹੀਂ ਸੀ। ਜਾਂ ਕੋਈ ਗੱਤਕਾ ਲੋੜੇ ਲਈ ਮੁੰਡੇ ਖੇਡਦੇ ਹੁੰਦੇ ਸੀ। ਉਹ ਕੀ ਹੁੰਦਾ ਜੀ ਗੱਤਕਾ? ਸੋਟੇ 'ਤੇ ਇੱਕ ਦੂਜੇ ਨੇ ਸੋਟਾ ਮਾਰਨਾ। ਇੱਕ ਸਾਡੇ ਕੋਲ ਗਿਆ ਸੀ ਮਾਛੀ ਜ਼ਿਲ੍ਹੇ ਗੁਰਦਾਸਪੁਰ 'ਚੋਂ, ਉਹ ਆਉਂਦਾ ਸੀ ਮੇਰੇ 14 ਬੰਦੇ ਇਕੱਠੇ ਹੋ ਗਏ ਨਾਲੇ ਦੁਆਲੇ ਅਤੇ ਡਾਂਗਾ ਫੜ ਲਓ, ਜੇ ਮੇਰੇ ਵਿੱਚ ਮਾਰ ਜਾਓ ਤਾਂ ਮੇਰੇ ਤੁਸੀਂ ਪਿਓ ਲੱਗਦੇ ਹੋ, ਅਤੇ ਜਿਹਦੀ ਮੈਨੂੰ ਜਿਹੜੀ ਜਿਹਦੀ ਮੇਰੀ ਜਿਹਨੂੰ ਲੱਗ ਗਈ ਉਹ ਫਿਰ ਯਾਦ ਕਰੇਗਾ ਸਾਰੀ। ਇੱਕ ਨੂੰ ਲੱਗ ਗਈ ਸੀ ਉਹਦੀ, ਇੰਨਾ ਕੁ ਡੰਡਾ ਉਹਦਾ ਲੱਗਾ ਸੀ, ਉਹਦੇ ਇੱਥੇ ਲੱਗਾ ਸੀ, ਉਹ ਫਿਰ 3 ਦਿਨ ਮੰਜੀ 'ਤੇ ਪਿਆ ਰਿਹਾ ਸੀ। ਐਡਾ ਖਿਲਾੜੀ ਸੀ ਲੋਡੇ, 14 ਬੰਦਿਆਂ ਨੇ ਦੁਆਲੇ ਡਾਂਗਾ ਬੜੀਆਂ ਬੜੀਆਂ ਲੰਮੀਆਂ ਫੜੀਆਂ। ਮੇਰੇ ਜੇਲ੍ਹ 'ਚੋਂ ਗਏ ਉਹ ਜਿਹੜਾ ਉਹ ਨਵੀਨਾ ਸੀ, ਉਹ ਕਰਤਾ ਕਰਤਾ ਉਹ ਉਹ ਉਦੋਂ ਕੁਰਾਨ ਵੀ ਪੜ੍ਹਦਾ ਹੁੰਦਾ, ਉਹ ਚਮਾਰ ਸੀ, ਉਹ ਵੀ ਚਮਾਰ ਹੀ ਸੀ, ਅੱਖਾਂ ਤੋਂ ਨਵੀਨਾ ਸੀ, ਜਵਾਨੀ ਕਲਾਮੀ ਨੂੰ ਬੜਾ ਕੁਛ ਆਉਂਦਾ ਸੀ, ਉਹ ਸ਼ਹਿਰ ਬਣਿਆ ਸੀ ਅਸੀਂ ਛੋਟੇ ਛੋਟੇ ਹੁੰਦੇ ਸਨ, ਤੂੰ ਜਵਾਨ ਸੀ ਤੇ ਅੱਖਾਂ ਤੋਂ ਬਿਲਕੁਲ ਨਵੀਨਾ ਚਮਾਰ ਸੀ। ਇੱਕ ਸਾਧ ਹੁੰਦਾ ਸੀ ਉਹਦਾ ਨਾਂ ਕੁਝ ਹੋਰ ਹੀ ਸੀ, ਉੱਥੇ ਹੀ ਉਹ ਰਹਿੰਦਾ ਸੀ ਜ਼ਿਆਦਾ। ਅੱਛਾ ਡੰਗਰ ਚਾਰਦਾ ਸੀ, ਉਹ ਹਿਸਾਬ ਲਾ ਲਓ ਡੰਗਰਾਂ 'ਚੋਂ ਡੰਗਰ ਫੜ ਕੇ ਲਿਆਉਣਾ ਅਤੇ ਉਹਨੂੰ ਪੁੱਛਣਾ, ਉਹ ਬਾਬਾ ਜੀ ਸੀ, ਉਹਨੂੰ ਬਹੁਤਾ ਕਹਿੰਦੇ ਹੁੰਦੇ ਸੀ, ਬਾਬਾ ਜੀ ਦੱਸੋ ਕਿਹਦੀ ਗਾਂ ਹੈ, ਉਹਨੇ ਹੱਥ ਫੇਰ ਕੇ ਆਖਣਾ ਚੱਲ ਲੈ ਜਾ ਇੱਕ ਛਾਲ ਦੀ ਹੈ। ਨਵੀਨੇ ਨੇ ਆਖਣਾ ਇੱਕ ਛਾਲ ਦੀ ਤਾਂ ਉਹਦੀ ਹੋਣੀ, ਫਿਰ ਅਸੀਂ ਬਿਠਾ ਕੇ ਅਤੇ ਫਿਰ ਹੁਣ ਫੜ ਕੇ ਲਿਆਉਣੀ ਕੋਈ ਗਾਂ ਜਾਂ ਕੋਈ ਬੱਛਾ, ਅਤੇ ਉਹਨੂੰ ਦੱਸਣਾ ਬਾਬਾ ਜੀ ਆ ਕਿਹਦਾ, ਉਹਨੇ ਉਹਦੀ ਕੰਨ 'ਤੇ ਹੱਥ ਫੇਰਨਾ ਅਤੇ ਉਹ ਜਾ ਉਹਨਾਂ ਦੇ ਨਾਨਿਆਂ ਦੇ ਮੁੰਡੇ ਦੀ ਉਹਦੀ ਹੋਣੀ। ਨਾਈ ਤੁਹਾਡੇ ਪਿੰਡ ਕਿਹੜੇ ਰਹਿੰਦੇ ਸੀ? ਨਾਈ ਸਾਡੇ ਪਿੰਡ 3-4-5 ਸੀ, ਵੱਡਾ ਸੀ ਇਹਦਾ ਨਾਂ ਸੀ ਫਜ਼ਲਦੀਨ ਉਹਦਾ ਨਾਂ, ਹੈਂ ਉਹਦਾ ਪੁੱਤਰ ਸੀ ਇੱਕ ਇਬਰਾਹੀਮ ਉਹਦਾ ਨਾਂ ਸੀ, ਉਹਦੇ ਤੋਂ ਨਿੱਕਾ ਨੂਰ ਮੁਹੰਮਦ, ਨੂਰ ਮੁਹੰਮਦ ਦੇ ਪੁੱਤਰ ਸਨ ਅਤੇ ਇਹ ਹੈ ਸੀ ਤਾਂ ਦੌਲੇ ਦੇ, ਯਾਨੀ ਉਹ ਦੌਲਾ ਫੌਤ ਹੋ ਗਿਆ, ਇਹ 4 ਭਰਾ ਉਹ ਆਏ ਕਿ ਉੱਥੇ ਰਹਿ ਗਏ? ਨਹੀਂ ਇੱਥੇ ਸਾਰਾ ਕੁਝ ਜਿਉਂਦਾ ਜਾਗਦਾ, ਮਾਈ ਦੀ ਝੁੱਗੀ ਫੈਸਲਾਬਾਦ। ਫੈਸਲਾਬਾਦ ਹਾਂਜੀ, ਉਹ ਜਨਾਬ ਵੱਡੇ ਦਾ ਨਾਂ ਸ਼ਫੀ ਸੀ, ਛੋਟੇ ਉਹਦਾ ਨਿੱਕਾ ਨਾਂ ਜਮੀਲ ਸੀ, ਵੱਡੇ ਉਹਦਾ ਨਾਂ ਨੂਰ ਮੁਹੰਮਦ ਸੀ, ਮੈਨੂੰ ਪਤਾ ਫੱਲਾ ਉਹ ਨਹੀਂ ਕਹਿੰਦੇ ਸ਼ਫੀ ਸੀ, ਛੋਟਾ ਸ਼ਫੀ, ਸ਼ਫੀ ਜਿਹੜਾ ਸੀ ਨਾ ਸ਼ਫੀ, ਜਮੀਲ ਅਤੇ ਦਰੀਸ ਚਾਰੇ ਇਹ 3-4 ਭਰਾ ਜਿਹੜੇ ਸੀ ਇਹ ਸੀ ਵੱਡੇ ਦੇ ਦੌਲੇ ਦੇ। ਦੌਲਾ ਗਿਆ ਫੌਤ ਹੋ ਤਾਂ ਉਸ ਬੀਬੀ ਨਾਲ ਨਿਕਾਹ ਕੀਤਾ ਸੀ ਫਿਰ ਇਹਨੇ ਨੂਰ ਮੁਹੰਮਦ ਨੇ, ਆਈ ਸਮਝ, ਨੂਰ ਮੁਹੰਮਦ ਦਾ ਸਿਰਫ ਦਰੀਸ ਹੀ ਸੀ, ਇਹ 3-4 ਭੈਣ ਭਰਾ ਜਿਹੜੇ ਸੀ ਨਾ, ਪਹਿਲੇ ਇੱਕ ਇਹਨਾਂ ਦੀ ਭੈਣ ਸੀ ਅਤੇ 3 ਭਰਾ ਸਨ, ਇਹ ਦੌਲੇ ਦੇ ਸਨ। ਅੱਛਾ ਤੁਹਾਡੇ ਪਿੰਡ ਤੁਹਾਡੇ ਮਕਾਨ ਕਿਸ ਤਰ੍ਹਾਂ ਦੇ ਸੀ, ਕਿੱਥੇ ਕਿਹੜੀ ਸਾਈਡ 'ਤੇ ਤੁਹਾਡਾ ਮਕਾਨ ਸੀ? ਸਾਡੇ ਆਪਣਾ ਜਿਹੜਾ ਜਾਤੀ ਮਕਾਨ ਉਹਦਾ ਮੈਨੂੰ ਚੰਗੀ ਤਰ੍ਹਾਂ ਪਤਾ ਕਿ ਇੰਝ ਦਾ ਇੱਧਰ ਮਸੀਤ ਸੀ ਨਾ ਲਹਿੰਦੇ ਪਾਸੇ ਅਤੇ ਲੈ ਕੇ ਤਹੀ ਆਵੇ ਸੀ, ਅਤੇ ਅਸੀਂ ਇੰਝ ਦਾ ਗਲੀ ਜਾਂਦੀ ਸੀ, ਅਸੀਂ ਉਦੋਂ ਇੱਧਰਲੇ ਪਾਸੇ ਸੀ, ਸੱਜੇ ਪਾਸੇ ਕੁਤਵਾਲਾ ਪਾਸਾ ਬਣਦਾ ਪਿੰਡ ਵਿੱਚ, ਕੁਤਵਾਲਾ ਪਾਸੇ ਪਿੱਛੇ ਲੱਗਣਾ ਪਏ ਤਾਂ ਸਿਰਫ ਗਲੀਆਂ ਦਾ ਬੋਰਡ ਤੱਕ 2 ਸੀ,
ਇਹ ਕੋ ਲੈਂਦੇ ਬੇੜੇ ਨੂੰ ਚਲ ਜਾਂਦੀ ਸੀ ਸਾਡੀ ਚੜਦੇ ਨੂੰ ਹੋ ਜਾਂਦੀ ਸੀ ਗਲਤੀ ਨਾਲ ਬਣਿਆ ਸੀ ਉਹ ਵੀ ਓਹਦੀ ਮਾਲਕੀ ਕੋਨੇ ਸੀ ਮਕਾਨ ਜਿਹੜਾ ਗਲਤੀ ਨਾਲ ਕਿਸੇ ਦਾ ਕੋਖੇ ਕੋ ਬਣਿਆ ਸੀ ਚੋਰੀ ਬੰਦਾ ਸੀ ਤੋ ਕਿਸੇ ਦਾ ਰੁਪਈਆ ਮਾਰਿਆ ਗੱਲ ਕਰਨੀ ਚਾਹੀਦੀ ਸਿੱਧੀ ਉਹ ਰੁਪਈਆ ਕਿਸੇ ਦਾ ਉਸ ਜ਼ਮਾਨੇ 'ਚ ਆਇਆ ਸੀ ਇੱਕ ਹਜ਼ਾਰ ਦੀ ਫਿਰ ਉਹਨੇ ਬਣਾਈ ਸੀ ਭੱਠੀ ਭੱਠੀ ਬਣਾ ਕੇ ਉਹਨੇ ਮਕਾਨ ਪੂਰੇ ਕਿਲੇ 'ਚ ਬਣਾਏ ਸੀ ਤੋ ਗਲਤ ਕੋਨੇ ਨਾ ਹੋਈ ਉਹ ਇਸ ਵਾਸਤੇ ਇੱਕ ਸਿਰਫ ਉਹ ਮਕਾਨ ਸੀ ਪਿੰਡ 'ਚ ਪੱਕਾ ਬਾਕੀ ਸਾਰਿਆਂ ਲੋਕਾਂ ਦੇ ਕੱਚੇ ਭਾਵੇਂ 10 ਸੀ ਭਾਵੇਂ 5 ਸੀ ਭਾਵੇਂ 1 ਸੀ ਉਹ ਤੇ ਗੱਲ ਹੋ ਗਈ ਠੀਕ ਹੈ ਕੱਚੇ ਮਕਾਨ ਸੀ ਕਿਉਂਕਿ ਜ਼ਿਆਦਾ ਆਬਾਦੀ ਲੋਕ ਕੱਚੇ ਸੜਕ ਵੀ ਸਾਡੇ ਨੇੜੇ ਸੀ ਜਿਹੜੀ ਉਸਲੇ ਕੱਚੀ ਸੀ ਤੁਹਾਡੇ ਨਾਲ ਕੋਈ ਕਸਬੇ ਜਾਂ ਸ਼ਹਿਰ ਕਿਹੜਾ ਜ਼ਿਆਦਾ ਲੱਗਦਾ ਸੀ ਸਾਡੇ ਨੇੜੇ ਤੋਂ ਨੇੜਾ ਜਿਹੜਾ ਸੀ ਨਾ ਉਹ ਮਕੇਰੀਆਂ ਸੀ ਜਾਂ ਥਾਣਾ ਸੀ ਉਹ ਮਕੇਰੀਆਂ ਸੀ ਤਹਿਸੀਲ ਜਿਹੜੀ ਸੀ ਦਸੂਆ ਸਾਡੇ 10 ਕੋ ਸੀ ਉਹ ਦੂਰ ਸੀ ਜ਼ਿਲ੍ਹਾ ਤਾਂ ਉਂਝ ਹੀ ਬਹੁਤ ਦੂਰ ਸੀ ਨਾ ਹੁਸ਼ਿਆਰਪੁਰ ਤੋਂ ਕਿਤੇ ਬੰਦਾ ਤੀਜੇ ਦਿਨ ਪਹੁੰਚਦਾ ਹੁੰਦਾ ਸੀ ਜਾ ਕੇ ਏਡੇ ਏਡੇ ਲੰਮੇ ਉਸਲੇ ਖਾਤੇ ਹੁੰਦੇ ਸੀ ਤਹਿਸੀਲ ਜਿਹੜੀ ਸੀ ਇਹ ਸੀ ਦਸੂਆ ਅਤੇ ਥਾਣਾ ਸੀ ਮਕੇਰੀਆਂ ਨੇੜੇ ਤੋਂ ਨੇੜੇ ਪਾਸੇ ਮਕੇਰੀਆਂ ਸੀ ਦਰਬਾਰ ਸ਼ਰੀਫ ਜੀ ਵਿੱਚ ਉਹਦੇ ਜੂਹ ਦੇ 7 ਘਮਾਵ ਦੇ ਨਾਂ ਐਵਾਂ ਸੀ ਬੜਾ ਸੁਥਰਾ ਦਰਬਾਰ ਸੀ ਚੰਗੀ ਮੰਨਤ ਵਾਲਾ ਸੱਚਾ ਹੱਕਾ ਸੀ ਸਾਡੇ ਪਿੰਡ ਦੇ ਵਿਚਕਾਰ ਨੇ ਜੂਹ ਦੇ ਵਿੱਚ ਸੀ ਪਿੰਡੋਂ ਲਾਂਭੇ ਹਟ ਕੇ ਲਾਗੇ ਇੱਕ ਬਾਬਾ ਜੀ ਦਾ ਨਾਂ ਕੀ ਸੀ ਉਹਨਾਂ ਦਾ ਨਾਂ ਸੀ ਜੀ ਬਾਬਾ ਭਿਖਨ ਸ਼ਾਹ ਬਾਬਾ ਭਿਖਨ ਸ਼ਾਹ ਅੱਜ ਵੀ ਸਾਡੇ ਕੋਲ ਮੱਝ ਗਾਂ ਸਾਡੇ ਇੱਥੇ ਕੋਈ ਸੁਣਦੀ ਤਾਂ ਅਸੀਂ ਉਹਨਾਂ ਦੇ ਨਾਂ ਦਾ ਪਹਿਲੇ ਦਿਨ ਜਦੋਂ ਆਨਰ ਰਲਾਉਂਦੇ ਅਸੀਂ ਉਹਨਾਂ ਦੇ ਨਾਂ ਦਾ ਖਤਮ ਦਵਾਉਣਾ ਹੁੰਦਾ ਬਾਬਾ ਜੀ ਦੇ ਨਾਂ ਦਾ ਖਤਮ ਦਵਾਉਣਾ ਅੱਜ ਵੀ ਸਾਡੀ ਰਸਮ ਚੱਲੀ ਆਉਂਦੀ ਜਿੱਥੇ ਕਮਲੂ ਦਾ ਕੋਈ ਬੰਦਾ ਹੋਵੇਗਾ ਨਾ ਉਹਦੇ ਕੋਲ ਹੀ ਰਸਮ ਹੋਵੇਗੀ ਹਾਂਜੀ ਕਿਉਂਕਿ ਉਹ ਆਪਣੇ ਹੱਥ ਨਾਲ ਜਮਾਏ ਸੀ ਨਾ ਇੱਕ ਸਾਡਾ ਹੀ ਪਿੱਛੋਂ ਬਾਬਾ ਹੀ ਲੱਗਦਾ ਸੀ ਉਹ ਬੜਾ ਫਿੱਟ ਆਇਆ ਸੀ ਸਾਉਣ ਭਾਦਰੋਂ ਦਿਨ 'ਤੇ ਉਹਨਾਂ ਜਿਹੜਾ ਉੱਥੇ ਮਲੰਗ ਰਹਿੰਦਾ ਸੀ ਦਰਬਾਰ 'ਤੇ ਉਹਨੇ ਬੜਾ ਬਾੜਾ ਛਾੜਾ ਦਿੱਤਾ ਅਤੇ ਹਰ ਸ਼ਾਇਦ ਡੱਕੀ ਸੀ ਉਹਦੇ ਕੋਲ 4 ਮੱਝਾਂ ਸਨ ਅਤੇ ਪੱਠੇ ਸੀ ਜਗ੍ਹਾ ਕੁ ਥਾਂ ਦਾ ਬਲੀ ਸੀ ਬਾਬੇ ਨੇ ਵਿੱਚ ਬਿੱਲਾਂ ਦੇ ਬੂਟੇ ਸਨ ਅਤੇ ਉਹਦੇ ਐਡਾ ਘਾਹ ਸੀ ਅਤੇ ਉਹ ਬੜਾ ਫਿੱਟਾ ਸੀ ਸਾਡਾ ਜਿਹਾ ਕਿਤਾਇਆ ਹੋਇਆ ਲੱਗਦਾ ਸੀ ਉਹ ਨਾ ਉੱਥੇ ਮੱਝਾਂ ਲੱਗ ਪਿਆ ਵਾੜਨ ਬਾਬੇ ਫਕੀਰ ਨੇ ਆਖਿਆ ਚੋਰੀ ਤੂੰ ਮੁੜ ਜਾ ਛੱਡ ਦੇ ਗੱਲ ਇਹ ਗੱਲ ਉਸ ਆਖਿਆ ਚਾਹ ਗਾ ਕੰਮ ਕਰ ਕਹਿੰਦਾ ਚਲੋ ਠੀਕ ਹੈ ਉਹ ਨਹੀਂ ਮੁੜਿਆ ਬਾਬਾ ਵਿਚਾਰਾ ਰੋਂਦਾ ਪਿੰਡ ਵੱਲੋਂ ਟੁਰ ਪਿਆ ਮੱਝਾਂ ਜਿਹੜੀਆਂ ਲਿੰਗ ਵੜ ਗਈਆਂ ਸੀ ਵਿੱਚ ਜਿਹੜੀਆਂ ਉਹਨਾਂ ਮੂੰਹ ਚੁੱਕ ਲਏ ਅਤੇ ਰਾਟ ਕਰ ਲੱਗ ਪਈਆਂ ਮਾਂ ਬੋਲਣ ਮੱਝਾਂ ਨੇ ਚੰਗਾ ਜ਼ੋਰ ਜ਼ੋਰ ਨਾਲ ਅਖੀਰ ਇੱਕ ਬਾਹਰ ਨਿਕਲੀ ਅਤੇ ਬੂਹੇ ਕੋਲ ਜਾਂਦਿਆਂ ਡਿੱਗੀ ਫਟਕ ਕੇ ਮਰ ਗਈ ਦੂਜੀ ਫਿਰ ਇੱਕ ਨਿਕਲੀ ਕਿ ਉਹ ਉੱਥੇ ਜਾ ਕੇ ਮਰ ਗਈ ਤੀਸਰੀ ਜਿਹੜੇ ਫਿਰ ਨਿਕਲੀ ਤਾਂ ਇੱਥੇ ਜਾ ਕੇ ਮਰ ਗਈ ਬਾਬਾ ਜਿਹੜੇ ਸੀ ਉਹ ਕੱਟੇ ਵਾਂਗੂ ਉਡਾਉਣ ਲੱਗ ਪਿਆ ਜਿਹਦੀਆਂ ਮੱਝਾਂ ਸਨ ਉਡਾਉਣ ਲੱਗ ਪਿਆ ਅਤੇ ਹੱਥ ਮੂੰਹ ਵਾਲੀ ਕਰੇ ਅਤੇ ਚੂੜੀ ਜਿਹੜੀ ਸੰਘ ਦੀ ਮਿਲ ਗਈ ਬੰਦੇ ਬੰਦੇ ਭੱਜੇ ਉਹ ਕੀ ਹੋਇਆ ਮੱਝਾਂ ਦੇਖੀਆਂ ਦਾੜ ਗਾਠੇ 4-3-4 ਡਿੱਗੀਆਂ ਪਈਆਂ ਨਾਲ ਹੀ ਉਹ ਬੁੱਢਾ ਵੀ ਲੰਮਾ ਪੈ ਗਿਆ ਐਸੀ ਵਡੇਰਾ ਫਿੱਟਾ ਬੜਾ ਸੀ ਜਿਸਲੇ ਉਹ ਆਇਆ ਅਤੇ ਆਣ ਕੇ ਅੱਜ ਹੱਥ ਮੂੰਹ ਵਾਲੀ ਕਰੇ ਵੀ ਮੇਰੇ ਸੰਘ 'ਚ ਕੁਛ ਵੜ ਗਿਆ ਉਹ ਬੰਦੇ ਆਖਿਆ ਉਹ ਗੱਲ ਸੁਣੋ ਮੇਰੀ ਹੋਰ ਕੁਛ ਨਹੀਂ ਬਾਬੇ ਦਾ ਤਰਲਾ ਮਿਹਨਤ ਕਰੋ ਇਹਨੇ ਧੱਕੇ ਨਾਲ ਬਾੜੀਆਂ ਮੱਝਾਂ ਉਹਦਾ ਕੀਤਾ ਇਹਨੇ ਨੁਕਸਾਨ ਅਤੇ ਹੁਣ ਇੰਝ ਕੰਮ ਕਰੋ ਮਾਫ਼ੀ ਇਹਨੂੰ ਉੱਥੇ ਹੀ ਮਿਲਣੀ ਫਿਰ ਬਾਬਾ ਜਿਹੜਾ ਸੀ ਪਿੰਡ ਨੂੰ ਚੱਲ ਗਿਆ ਫਕੀਰ ਉਹਨੂੰ ਲਿਆਂਦਾ ਵਲ ਕੇ ਉਹ ਸਕਿਆ ਮੈਂ ਕੀ ਕਰ ਸਕਦਾ ਮੈਂ ਤਾਂ ਤਰਲਾ ਕੀਤਾ ਸੀ ਇਹਨੇ ਮੇਰਾ ਮੰਨਿਆ ਨਹੀਂ ਮੇਰਾ ਜਿਹੜੇ ਨਹੀਂ ਮੰਨਿਆ ਤਾਂ ਅਖੀਰ ਉਹ ਮੈਂ ਫਿਰ ਚੁੱਪ ਕਰਕੇ ਚਲੇ ਗਿਆ ਰੋਂਦਾ ਉਹ ਆਖਿਆ ਨਹੀਂ ਤਰਲਾ ਮਿਹਨਤ ਬੰਦਿਆਂ ਕਰਕੇ ਤਾਂ ਆਖਿਆ ਫਿਰ ਬਾਬੇ ਦੇ ਪੈਰ ਸ਼ਹਿਰ ਜਾ ਕੇ ਪਏ ਅਤੇ ਚਲੋ ਉਹਨੂੰ ਮਾਫ਼ੀ ਮਿਲ ਗਈ ਕੋਈ ਥੋੜ੍ਹਾ ਜਿਹਾ ਤਕਲੀਫ ਜਿਹੜੀ ਸੀ ਉਹਦੀ ਘੱਟ ਗਈ ਬੋਲਣ ਹਟ ਗਿਆ ਇੱਕ ਮੱਝ ਪਿੱਛੇ ਬਚ ਗਈ ਸੀ ਉਹ ਆਰਾਮ ਨਾਲ ਸਹੀ ਸਲਾਮਤ ਨਿਕਲ ਆਈ ਤਰੈ ਉੱਥੇ ਮਤਲਬ ਜਾਨੀ ਇਹ ਕਾਰਨਾਮਾ ਆਪਣੀਆਂ ਅੱਖਾਂ ਨਾਲ ਵੇਖਿਆ ਸੀ ਹਾਂਜੀ ਉਸ ਤੋਂ ਬਾਅਦ ਫਿਰ ਬਾਬੇ ਨੇ ਉੱਥੇ ਬੱਕਰਾ ਵੀ ਦੇਣਾ ਉਹ ਟਾਈਮ ਤਾਂ ਗੁਜ਼ਰ ਗਿਆ ਜਿਵੇਂ ਗੁਜ਼ਰ ਗਿਆ ਬਾਬੇ ਨੇ ਦੇਣਾ ਬੱਕਰਾ ਤਾਂ ਹਰ ਜੇਠ ਦੇ ਵਿੱਚ ਫਿਰ ਕੁਆਲੀ ਕਰਾਉਣੀ ਮੇਲਾ ਲਵਾਉਣਾ ਉਸੇ ਬਾਬੇ ਨੇ ਜਿਹਨ ਮੱਝਾਂ ਜਾ ਰਹੀਆਂ ਅੱਛਾ ਉਹਨੇ ਪੀਰ ਮੰਨ ਲਿਆ ਫਿਰ ਮੰਨਿਆ ਨੇ ਵੀ ਬਾਬਾ ਵੈਸਾ ਹੀ ਹੈ ਅੱਲਾਹ ਦਾ ਬੰਦਾ ਹੈ ਇਹ ਅੱਲਾਹ ਦਾ ਬੰਦਾ ਇਹ ਤਾਂ ਦਰਬਾਰ ਸੀ ਉੱਥੇ ਅੱਛਾ ਜੀ ਮੈਨੂੰ ਇਹ ਦੱਸੋ 47 ਵੇਲੇ ਜਦੋਂ ਉਜਾੜੇ ਪਏ ਹਾਂਜੀ ਤੁਹਾਨੂੰ ਕਿਸ ਤਰ੍ਹਾਂ ਖਬਰ ਮਿਲੀ ਕਿ ਬਈ ਪਾਕਿਸਤਾਨ ਬਣਨ ਲੱਗਾ ਅਤੇ ਹਿੰਦੁਸਤਾਨ ਤੋਂ ਜਗ੍ਹਾ ਛੱਡ ਦਿਓ ਜਿਹੜੀ ਇਹਨੇ ਇਸ ਜਿਸਲੇ 47 ਵਿੱਚ ਮੈਂ ਤੁਹਾਨੂੰ ਦੱਸਣਾ ਮੈਨੂੰ 1940 ਦੀਆਂ ਵੋਟਾਂ ਦਾ ਪਤਾ ਆ 1940 ਜਿਹੜੀ ਵੋਟਾਂ ਹੋਈਆਂ ਸਨ ਨਾ ਸਹੀ
ਕਿਉਂਕਿ ਉਹ ਵੋਟਾਂ ਦੇ ਵਿੱਚ ਮਕੇਰੀਆਂ ਲੱਗਾ ਸੀ ਸਟੇਜ ਅਤੇ ਐ ਲਾਹੌਰੋਂ ਗਿਆ ਸੀ ਸੋਹਣੀ ਬਾਜੇ ਵਾਲਾ ਸਾਡੇ ਰਾਹ ਸੀ ਬਘਾਲੀਆ ਸਦਾਉਂਦਾ ਕੋਈ ਬਾਹੀਆਂ ਪਿੰਡਾਂ ਦਾ ਮਾਲਕ ਸੀ ਕੌਣ ਰਾਹ ਸੀ ਮੁਸਲਮਾਨ ਉਹ ਬਾਹੀਆਂ ਪਿੰਡਾਂ ਦਾ ਮਾਲਕ ਸੀ ਉਹ ਵੋਟਾਂ ਪਾਉਣ ਆਇਆ ਸੀ ਉੱਥੇ ਅਤੇ ਨਾਲ ਉਹਨੇ ਇੱਥੋਂ ਬਾਜਾ ਮੰਗਾਇਆ ਸੀ ਬਾਜਾ ਵਜਾਉਂਦਾ ਪਿੰਡੋਂ ਆਇਆ ਉੱਥੇ ਨਾਂ ਪਤਾ ਮਾਕੀ ਖਾਂ ਸੀ ਅਤੇ ਇੱਕ ਖੁਰਸ਼ੀਦ ਖਾਂ ਸੀ ਅੱਛਾ ਉਹਨਾਂ ਦਾ ਪਿੰਡ ਸਨ ਜੇ ਉਹਦੇ ਉਹਨਾਂ ਦੇ ਉਹ ਪਿੰਡ ਸਨ ਸਹੀ ਸਹੀ ਇੱਕ ਦਾ ਨਾਂ ਖੁਰਸ਼ੀਦ ਸੀ ਤਾਂ ਮਾਕੀ ਖਾਂ ਇਹਦਾ ਇਹਨਾਂ ਦਾ ਮੈਨੂੰ ਪਤਾ ਹੋਰ ਇਹਨੂੰ ਬਹੁਤਿਆਂ ਦਾ ਨਹੀਂ ਮੈਨੂੰ ਪਤਾ ਇਹ ਬਾਹੀਆਂ ਪਿੰਡਾਂ ਦਾ ਮਾਲਕ ਸੀ ਅਤੇ ਬਾਬਾ ਮਕੇਰੀ ਸੀ ਮਾਈ ਭਾਗਣ ਦੀ ਖਾਨਗਾ ਮਾਈ ਸੀ ਵਡੇਰੀ ਉਹਦੀ ਖਾਨਗਾਹ ਦੇ ਉੱਤੇ ਮੈਂ ਆਪਣੀ ਅੱਖਾਂ ਨਾਲ ਬਾਜਾ ਸੁਣਿਆ ਸੀ ਉੱਥੇ ਖਲੋਰ ਕੇ ਉਹਨਾਂ ਕਿਹਾ ਲੈ ਵੀ ਦਿਓ ਸਲਾਮੀ ਮਾਈ ਨੂੰ ਮਾਈ ਵੀ ਸੱਚੀ ਸੀ ਪੱਕ ਘੱਟਾ ਪੱਕਦੀ ਰਹਿੰਦੀ ਜਿਲ੍ਹੇ ਕੋਈ ਆਉਂਦੀ ਸੀ ਆਉਂਦਾ ਸੀ ਦੇਖੋ ਮਾਈ ਪਾਗਲ ਹੋਈ ਆਉਂਦੀ ਤੂੰ ਰਾ ਨੇੜੇ ਜਿਲ੍ਹੇ ਆਉਣਾ ਤੂੰ ਮੁੱਠ ਭਰ ਕੇ ਉਹਦੇ ਰੱਖ ਦੇਣੀ ਅੱਠ 'ਤੇ ਖਾ ਇਹਨੂੰ ਜਿਲ੍ਹੇ ਖਾਣੀ ਤੋਂ ਖੰਡ ਉਹ ਮਾਈ ਇੰਜ ਦੀ ਸੀ ਅੱਲਾਹ ਦੀ ਵਲੀ ਅੱਲਾ ਮਾਈ ਭਾਗਣ ਉੱਥੇ ਉਹਨੇ ਬਾਜਾ ਵਜਾਇਆ ਚੰਗਾ ਘੰਟਾ ਡੇਢ ਚੰਗਾ ਅਤੇ ਫਿਰ ਪੜ ਪੜਾ ਸੀ ਪਰਾਂ ਉੱਥੇ ਜਾ ਕੇ ਵੋਟਾਂ ਛੋਟਾਂ ਹੋਈਆਂ ਉਸ ਵੇਲੇ ਵੋਟਾਂ ਹੁੰਦੀਆਂ ਸੀ ਘਰ ਦਾ ਸਰਬਰਾ ਇੱਕ ਹੁੰਦਾ ਸੀ ਮਤਲਬ ਅਸੀਂ ਦਸ ਜੀ ਜਾਂ ਪੰਜ ਨਾ ਜਿਹੜਾ ਘਰ ਦਾ ਪਿਓ ਜਿਉਂਦਾ ਜਾਂ ਵੱਡਾ ਭਰਾ ਕੋਈ ਇੱਕ ਵੋਟ ਹੁੰਦੀ ਸੀ ਪੂਰੇ ਘਰ 'ਚੋਂ ਬਸ ਇੱਕ ਵੋਟ ਇੱਕ ਵੋਟ ਸਹੀ ਉਸ ਵੇਲੇ ਉਹ ਖਲੋਤੇ ਸਨ ਇੱਕ ਕੋਈ ਮੋਤਲਿਆਂ ਤਾਂ ਮੋਤਿਆਂ ਦਾ ਸੀ ਅਲੀ ਅਕਬਰ ਰਾਜਪੂਤ ਸੀ ਕੋਲੀਆਂ ਦਾ ਕੋਲੀਆਂ ਮੋਰੀਆਂ ਪਿੰਡ ਸੀ ਉੱਥੋਂ ਦਾ ਸੀ ਅਤੇ ਇੱਕ ਬੋਤਲਿਆਂ ਦੇ ਮੋਤਿਆਂ ਦਾ ਗੁੱਜਰ ਸੀ ਇਹ ਫਿਰ ਜਿਹੜੇ ਸੀ ਨਾ ਮੁਸਲਿਮ ਲੀਗ ਦੇ ਵੋਟ ਉਹ ਇਹਨੂੰ ਅਲੀ ਅਕਬਰ ਨੂੰ ਮਿਲੇ ਸਨ ਜ਼ਿਆਦਾ ਇਹ ਰਾਜਪੂਤ ਮੁਸਲਮਾਨ ਰਾਜਪੂਤ ਸੀ ਅਤੇ ਜਿਹੜਾ ਗੁੱਜਰ ਸੀ ਉਹ ਵੀ ਮੁਸਲਮਾਨ ਹੀ ਸੋਈ ਤੇ ਬਾਕੀ ਇਹ ਡਿੱਗ ਗਏ ਉਸ ਵੇਲੇ ਅੰਗਰੇਜ਼ ਨੇ ਵਿੱਚ ਸੰਦੂਕੜੀ ਧਰ ਦਿੱਤੀ ਸੀ ਨਾ ਉਹ ਯੂਨਸਪਾਲਿਟੀ ਨੂੰ ਵੀ ਲੱਗ ਪੈ ਸਨ ਵੋਟ ਲੋਕ ਦੇਣ ਉਹਨੇ ਆਪਣੀ ਲੀਗ ਦਾ ਨਾਂ ਰੱਖਿਆ ਸੀ ਯੂਨਸਪਾਲਿਟੀ ਜਾਂਦਾ ਜਾਂਦਾ ਉਹਨੇ ਆਖਿਆ ਦੇਖੋ ਮੈਨੂੰ ਅਜੇ ਵੀ ਲੋਕ ਚਾਹੁੰਦੇ ਨੇ ਚਾਹਦੇ ਤੀ ਇੰਜ ਸੀ ਨਾ ਲਾਲਚ ਤੁਸੀਂ ਦਿੰਦਾ ਸੀ ਕਿਤੇ ਸੁਬਾਹ ਜਾਂਦਾ ਉੱਥੇ ਰਿਵਾਜ਼ ਸੀ ਕਿ ਖੱਬੇ ਪਾਸੇ ਸੱਜੇ ਪਾਸੇ ਮੋਗਾ ਲੱਗਣਾ ਖੱਬੇ ਲੱਗਣਾ ਨਹੀਂ ਤੁਸੀਂ ਆਇਓ ਮਗਰੋਂ ਉਹਨਾਂ ਨੇ ਬਣਾਏ ਅੰਗਰੇਜ਼ਾਂ ਨੇ ਕੋਈ ਜੈਲਦਾਰ ਸਪੋਜ ਸਫੈਦ ਪੋਸ਼ ਬਣਾ ਤਾ ਇਹ ਪ੍ਰੈਜੀਡੈਂਟ ਬਣਾ ਤਾ ਫਲਾਣਾ ਦਿੱਤਾ ਇਹੋ ਜਿਹੇ ਲਾਰੇ ਉਹਨਾਂ ਦਿੱਤੇ ਉਹਨਾਂ ਨੇ ਆਪਣਾ ਚਕਮੇ ਅਤੇ ਵੋਟਾਂ ਫਿਰ ਵੀ ਉਹ ਲੈ ਗਏ ਬੜੀਆਂ ਵੋਟਾਂ ਸਾਡੇ ਤੁਹਾਨੂੰ ਮੈਂ ਦੱਸਣਾ ਕਿ ਤਿੰਨ ਸਾਰਾ ਪਿੰਡ ਸੀ ਤਿੰਨ ਵੋਟਾਂ ਸਾਡੀਆਂ ਮੁਸਲਿਮ ਲੀਗ ਨੂੰ ਮਿਲੀਆਂ ਸੀ ਬਸ ਤੁਸੀਂ ਹਿਸਾਬ ਲਾ ਲਓ ਪੂਰੇ ਪਿੰਡ 'ਚੋਂ ਤਿੰਨ ਵੋਟਾਂ ਕਿਸ ਵਾਸਤੇ ਕਿ ਉਹਨਾਂ ਨੇ ਕਿਸੇ ਨੂੰ ਲਾਲਚ ਦਿੱਤਾ ਤੈਨੂੰ ਮੋਗੀ ਦਿਆਂਗੇ ਕਿਸੇ ਨੂੰ ਲਾਜੇ ਤੈਨੂੰ ਡੀਪੂ ਦਿਆਂਗੇ ਖੰਡ ਮਿਲਦੀ ਸੀ ਡੀਪੂਆਂ 'ਤੇ ਤੇਲ ਮਿੱਟੀ ਦਾ ਮਿੱਟੀ ਡੀਪੂਆਂ 'ਤੇ ਕੱਪੜਾ ਡੀਪੂਆਂ 'ਤੇ ਮਿਲਦਾ ਸੀ ਕਿਸੇ ਨੂੰ ਕੋਈ ਲਾਲਚ ਦਿੱਤਾ ਕਿਸੇ ਨੂੰ ਉਹਨਾਂ ਨੇ ਬੜੇ ਲੋਕ ਆਪਣੇ ਬਦਰਾ ਲਏ ਸਾਡੇ ਤਿੰਨ ਵੋਟ ਸੀ ਇੱਕ ਮੇਰਾ ਪਿਓ ਅਤੇ ਇੱਕ ਫਿਰ ਮੇਰੇ ਸੁਸਰ ਬਣੇ ਨੇ ਕਿ ਉਹ ਆਪਸ ਵਿੱਚ ਦੋਸਤ ਸੀ ਇਹ ਦੋ ਵੋਟ ਇੱਕ ਸਾਡਾ ਤਾਇਆ ਲੱਗਦਾ ਸੀ ਤੁਹਾਡੀ ਸ਼ਾਦੀ ਇੱਥੇ ਆ ਕੇ ਹੋਈ ਸ਼ਾਦੀ ਇੰਡੀਆ ਇੱਥੇ ਐਡ ਕੇ ਹੋਈ ਹਾਂਜੀ ਇੱਥੇ ਆ ਕੇ ਹੋਈ ਸੀ ਜਿਸਲੇ ਇਹ ਤਿੰਨ ਵੋਟ ਜਿਸਲੇ ਵੋਟ ਸੀ ਸਵੇਰ ਨੂੰ ਕੁਦਰਤ ਮਾਲਕ ਦੀ ਜਿਸਲੇ ਸਵੇਰ ਨੂੰ ਵੋਟ ਸੀ ਅਤੇ ਸਾਡੇ ਬਜ਼ੁਰਗਾਂ ਨੂੰ ਕੋਈ ਪਤਾ ਨਹੀਂ ਇਹ ਕਰਦੇ ਸਨ ਗੱਡੇ ਦਾ ਕੰਮ ਗੱਡਾ ਲੈ ਕੇ ਜਾਂਦੇ ਸਨ ਜਿਵੇਂ ਗੁਜਰਾਂਲੇ ਹੋ ਕੇ ਚੱਲ ਜਾਈਏ ਵੱਡਾ ਭਰਾ ਵੀ ਸੀ ਨਾਲ ਅਤੇ ਸਾਡਾ ਬਜ਼ੁਰਗ ਵੀ ਇਹ ਸ਼ਾਮਾਂ ਇਹਨਾਂ ਨੇ ਡੀਗਰ ਨਾਲ ਜਾਣੇ 'ਤੇ ਨਿਕਲ ਗਏ ਜਿਹੜਾ ਉਹ ਮੇਰਾ ਸਿਰ ਸੁਸਰ ਬਣਿਆ ਨਾ ਸਾਡਾ ਤਾਇਆ ਹੀ ਲੱਗਦਾ ਸੀ ਤਾਇਆ ਚਾਚਾ ਹੀ ਜਿਸਲੇ ਉਹ ਸੋਤੇ ਘਰ ਆਇਆ ਉਹਨੂੰ ਬਾਜਾਂ ਮਾਰੀਆਂ ਨਾ ਸਾਡੇ ਪਿਓ ਦਾ ਲੈ ਕੇ ਉਹ ਭੈਣ ਸਾਡੀ ਬੜੀ ਉਹ ਥਾ ਚਾਚਾ ਕੀ ਹੈ ਅਸੀਂ ਕਿੱਥੇ ਅੱਬਾ ਦੇਖੋ ਤਾਂ ਗੱਡਾ ਲੈ ਕੇ ਚੱਲ ਗਿਆ ਤੁਹਾਡਾ ਇਹ ਭਲਾ ਹੋ ਜਾਏ ਉਹਨੂੰ ਨਹੀਂ ਸੀ ਪਤਾ ਕਿ ਸਵੇਰੇ ਵੋਟ ਹੈ ਮੈਂ ਕਿਹਾ ਸਾਨੂੰ ਕੀ ਪਤਾ ਸੀ ਉਸ ਕਰਕੇ ਉਹ ਫਿਰ ਉਹ ਲਈ ਉਸ ਘੋੜੀ ਲੈ ਕੇ ਤਾਂ ਉਹਨੇ ਦਵਾਈ ਜਿਸਲੇ ਤੋਂ ਕੋਈ 10-15-20 ਮੀਲ ਉੱਤੇ ਨਿਕਲ ਗਏ ਸੀ ਉੱਥੋਂ ਫਿਰ ਉਹਨੂੰ ਬਹਾਲ ਕੇ ਲਿਆਇਆ ਬਹਾਲ ਕੇ ਜਿਲ੍ਹੇ ਲਿਆ ਤਾਂ ਪਿੰਡ ਬੜੇ ਸੂਰਮੇ ਬੰਦੇ ਸਨ ਐਵੇਂ ਆਖੀਏ ਦੋ ਤਿੰਨ ਟੱਬਰ ਸੀ ਬੜੇ ਤਗੜੇ ਉਹਦੀ ਬਾਬਾ ਸੀ ਉਹਦਾ ਨਾਂ ਵੀ ਬਰਕਤ ਅਲੀ ਸੀ ਉਹ ਨਵਾਜ਼ੀਆਂ ਦਾ ਟੱਬਰ ਸਜਾਉਂਦਾ ਸੀ ਉਹ ਦੂਸਰੇ ਬਾਬਾ ਸੀ ਜਿਹੜਾ ਬਾਬਾ ਫਤਿਹ ਅਲੀ ਉਹ ਵੀ ਚਤਰਾਣਾ ਘਰ ਸੀ ਉਹ ਵੀ ਇੱਧਰੇ ਹੋ ਗਏ ਇਹਨਾਂ ਦੇ ਇੱਕ ਰਿਸ਼ਤੇਦਾਰ ਸੀ ਅੱਗੇ ਸੋਤੇ ਪਿੰਡ ਹੁੰਦਾ ਉੱਥੇ ਇਹਨਾਂ ਦੇ ਰਿਸ਼ਤੇਦਾਰ ਸੀ ਉਹਨਾਂ ਦੀ ਵਜ੍ਹਾ ਤੋਂ ਨਾ ਇਹਨਾਂ ਨੂੰ ਉਹਨਾਂ ਦਾ ਮਿਲਾਪ ਕਰ ਗਏ ਅਤੇ ਸਾਡੇ ਜਿਹੜੇ ਬਜ਼ੁਰਗ ਸੀ ਨਾ ਤਰੇਵੇ ਹੀ ਇਹਨਾਂ ਕਿਹਾ ਵੀ ਆਹ ਮੁਸਲਮਾਨ ਲੀਗ ਦੇ ਵੋਟ ਆ ਸਾਡੇ ਅਤੇ ਜੋ ਕਿਸੇ ਤੋਂ ਹੁੰਦਾ ਸਾਡੇ ਨਾਲ ਕਰ ਲੈ ਕੋਈ ਕਿਉਂਕਿ ਉਸ ਵੇਲੇ ਇਹੋ ਜਿਹੇ ਵੀ ਚੌਧਰੀਆਂ ਦਾ ਪਤਾ ਇੱਕ ਦੋ ਟੱਕਰਾਂ ਵੀ ਮਾਰਦੇ ਨਾ ਇਹਨਾਂ ਆਖਿਆ ਜਿਹੜੀ ਸਾਨੂੰ ਕਿਸੇ ਟੱਕਰ ਮਾਰਨੀ ਕੋਈ ਮਾਰ ਲੈ ਜੋ ਕਿਸੇ ਤੋਂ ਹੁੰਦਾ ਸਾਡੇ ਨਾਲ ਕਰ ਲੈ ਅਤੇ ਆਹ ਸਾਡੇ ਵੋਟ ਨੇ ਮੁਸਲਿਮ ਲੀਗ ਦੇ ਉਸ ਰਾਜਪੂਤ ਨੂੰ ਮਿਲੇ ਸਨ ਤੁਸੀਂ ਰਾਜਪੂਤ ਨੂੰ ਦਿੱਤੇ ਉਹ ਰਾਜਪੂਤ ਨੂੰ ਦਿੱਤੇ ਜਿਹੜਾ ਹੋ ਗਿਆ ਸੀ ਜਿਸ ਲਈ ਉਹ ਮੁਸਲਿਮ ਲੀਗ ਦਾ ਲੀਡਰ ਹੋ ਗਿਆ ਸੀ ਇਹਨਾਂ ਨੇ ਤਰੇਵੇਂ ਵੋਟ ਦਿੱਤੇ ਸਾਡੇ ਮਿਲਣ ਵਾਲਾ ਸੀ ਇਹ ਸੀ ਸਾਰੇ ਮਕੇਰੀਆਂ ਵਾਲਿਆਂ ਦੇ ਮਿਲਣ ਦੱਸੋ ਜਦੋਂ ਝਾੜੇ ਪੈ ਗਏ
ਹਾਂਜੀ ਜਾਂ ਪੈਣ ਵਾਲੇ ਸੀ, ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਜੀ? ਸਾਡੇ ਉੱਤੇ ਜਿਹੜੇ ਲੀਡਰ ਸੀ ਨਾ, ਜਿੱਦਾਂ ਨਾਮ ਲੈਣਾ ਚੌਧਰੀ ਅਬਦੁਲ ਕਰੀਮ ਸੀ ਭਡੇਰੀਆ, ਹਾਂਜੀ ਉੱਧਰੋਂ ਸਾਨੂੰ ਖਬਰ ਆਉਂਦੀ ਜਾਂਦੀ ਸੀ, ਜਿਹੜੇ ਸਾਡੇ ਦੋ ਤਿੰਨ ਘਰ ਸੀ ਨਾ ਆਪਣੇ ਉਹਦੇ ਮਿਲਣ ਵਾਲੇ, ਹਾਂਜੀ ਦੂਜੇ ਜਿਹੜੇ ਸੀ ਉਹ ਮਕੇਰੀਆਂ ਦੇ ਮਿਲਣ ਵਾਲੇ ਬਕੇਰੀ ਵਾਲਿਆਂ ਦੇ, ਗੱਲ ਇੱਕੋ ਜਿਹੀ ਸੀ। ਉਹਨਾਂ ਨੂੰ ਸੁਨੇਹਾ ਪਤਾ ਜਿਹੜਾ ਸੀ ਦੂਜੇ ਪਿੰਡ ਵਾਲਿਆਂ ਨੂੰ ਉਹਨਾਂ ਦਾ ਮਿਲਦਾ ਸੀ, ਸਾਡੇ ਜਿਹੜੇ ਦੋ ਚਾਰ ਘਰ ਸੀ ਸਾਨੂੰ ਇਹਨਾਂ ਦਾ ਮਿਲਦਾ ਸੀ ਕਿ ਲਓ ਜੀ। ਫਿਰ ਅਖੀਰ ਇਹ ਗੱਲ ਹੋਈ ਜਿਸਲੇ ਕੰਮ ਐਂਡ 'ਤੇ ਆ ਗਿਆ ਨਾ, ਉਹ ਪਤਾ ਇੱਕ ਦੂਜੇ ਨੂੰ ਬਦਮਾਸ਼ ਲੋਕ ਲੱਗ ਪਏ ਲੁੱਟਣ ਮਾਰ ਰੋੜਾ ਪਰਾਂ ਕਰਨ, ਅਤੇ ਸਾਡੇ ਨੇ ਬਜ਼ੁਰਗਾਂ ਆਖਿਆ ਬਾਬੇ ਨੇ ਕਿ ਗੱਲ ਇਹ ਹੈ ਅਸਾਂ ਇਹ ਥਾਂ ਛੱਡ ਦੇਣਾ ਪੈਣਾ, ਸਾਨੂੰ ਛੱਡਣਾ ਪੈਣਾ, ਸਾਡੇ ਮੁਲਕ ਦੀ ਵੰਡ ਪੈ ਗਈ ਹੈ, ਸਾਡੇ ਮੁਲਕ ਦੀ ਵੰਡ ਪੈ ਗਈ। ਜਿਹੜੇ ਉਹ 47 ਦਾ ਟਾਈਮ ਆਇਆ ਨਾ, ਉਹਨਾਂ ਆਖਿਆ ਹੁਣ ਐਵੇਂ ਲੱਤਾਂ ਅੜਾਈਏ ਗੱਲ ਵੱਖਰੀ ਹੈ, ਸਾਡੀ ਪੈ ਗਈ ਵੰਡ, ਸਾਨੂੰ ਇੱਥੋਂ ਛੱਡਣਾ ਪੈਣਾ, ਅੱਲਾ ਜਾਣੇ ਅੱਗੇ ਸਾਡਾ ਕਿੱਥੇ ਗੁਜ਼ਾਰਾ ਅਤੇ ਇੱਥੇ ਕਿਹਨੇ ਫਿਰ ਆਉਣਾ। ਮੁਸ ਇਹਨਾਂ ਦਾ ਉਹਲੇ ਵੰਡ ਹੋ ਗਈ ਸੀ, 40 ਤੋਂ ਬਾਅਦ ਵੰਡ ਪੈ ਗਈ ਸੀ, ਅੰਗਰੇਜ਼ ਨੇ ਉਹ ਜਿਹੜੇ ਕਾਗਜ਼ ਕੂਗਜ਼ ਸੁੱਟੇ ਤਾਂ ਵੰਡ ਪੈ ਗਈ, ਉਲੀਕਾਂ ਲੂਕਾਂ ਮਾਰੀਆਂ। ਉਸ ਤੋਂ ਬਾਅਦ ਫਿਰ ਆਖਿਆ ਹਾਂਜੀ ਕਿਵੇਂ, ਫਿਰ ਅਖੀਰ ਉਹਨੇ ਆਖਿਆ ਚਲੋ ਕੋਈ ਨਹੀਂ ਵਕਤ ਗੁਜ਼ਾਰਾ ਹੋ, ਜਿੰਨੇ ਦਿਨ ਰਹੇ ਜਿਹੜੇ ਵੱਡੇ ਵੱਡੇ ਕਸਬੇ ਸੀ ਆਲੇ ਦੁਆਲੇ, ਕੋਈ ਛੋਟਿਆਂ ਕਸਬਿਆਂ ਵਾਲੇ ਪਿੰਡਾਂ ਵਾਲੇ ਉੱਧਰ ਨਿਕਲ ਗਏ ਉੱਥੇ, ਕਿਉਂਕਿ ਉਹਨਾਂ ਦਾ ਆਲੇ ਦੁਆਲੇ ਜ਼ੋਰ ਬੜਾ ਸੀ ਨਾ, ਉਹ ਜਿਸਲੇ ਜ਼ੋਰ ਸੀ ਉਸਲੇ ਅੱਲਾ ਦਾ ਕੀਤਾ ਅਤੇ ਉਹ ਫਿਰ ਹਟ ਗਿਆ ਹੌਲੀ ਹੌਲੀ, ਇਸੇ ਤਰ੍ਹਾਂ ਹਟ ਵੀ ਜਾਂਦਾ ਹੀ ਹੈ। ਚਲੋ ਅਸੀਂ ਫਿਰ ਉੱਥੋਂ ਅਖੀਰਲਾ ਜਿਹੜਾ ਦਿਨ ਸੀ ਨਾ, ਸਾਡੇ ਬਜ਼ੁਰਗਾਂ ਦੇ ਨਾਲ ਇੱਕ ਲਾਗੇ ਸਾਡੇ ਪਿੰਡ ਸੀ ਛੋਟਾ ਜਿਹਾ, ਡਾਲਵਾਲ ਦਾ ਨਾਂ ਸੀ ਉਹਦਾ, ਉੱਥੇ ਇੱਕ ਸਿੱਖ ਸੀ ਦੌਲੂ ਨਾਂ ਦਾ, ਉਹਦੇ ਨਾਲ ਸੀ ਉਹਨਾਂ ਦਾ ਪਿਆਰ ਸ਼ਿਆਰ। ਅਤੇ ਉਹ ਜਿਸਲੇ ਉੱਥੇ ਬੰਦੇ ਇਕੱਠੇ ਹੋ ਗਿਆ, ਕੋਈ 400 ਬੰਦਾ ਉਹਨਾਂ ਦੇ ਪਿੰਡ, ਅਤੇ ਸਾਡਾ ਪਿੰਡ ਸੀ ਨਾ, ਉਹਨਾਂ ਦਾ ਤਾਂ ਦੋ ਤਿੰਨਾਂ ਪੈਲੀਆਂ ਦਾ ਫਰਕ ਸੀ। ਗਰਮੀਆਂ ਦੇ ਦਿਨ ਸਨ ਭਾਦਰੋਂ ਦੇ, ਆਖਣ ਲੱਗਿਆ ਯਾਰ ਧੁੱਪ ਜਿਹੜੇ ਨੀਵੀਂ ਹੋ ਜਾਂਦੀ ਅਤੇ ਯਾਰ ਚਾਰ ਦੇ ਘਰ ਨੇ ਕਿ ਚੁੱਕ ਲੈਂਦੇ ਹੋਣੇ। ਕਿਹਨਾਂ ਨੇ ਕਿਹਾ? ਉਹਨਾਂ ਸਿੱਖਾਂ, ਉਹ ਇਕੱਠੇ ਹੋ ਕੇ ਜਿਹੜੇ ਇਕੱਠੇ ਹੋ ਕੇ ਉੱਥੇ ਆਖਿਆ ਨਾ ਉਹਨਾਂ, ਉਹ ਵਿੱਚ ਉਹਨਾਂ ਨੇ ਇਹਨੂੰ ਵਹਾੜ ਲਿਆ, ਲਿਆ ਕੇ ਉਹਨੂੰ ਦੌਲੂ ਨੂੰ, ਉਹ ਹੁੱਕਾ ਪੀਂਦਾ ਸੀ, ਸਿੱਖ ਹੁੱਕਾ ਨਹੀਂ ਪੀਂਦੇ, ਸੁੱਖਾਂ ਸਿੱਖਾਂ ਨੂੰ ਇਹ ਦੋ ਸਮਾਂ, ਇੱਕ ਤਾਂ ਹੁੱਕਾ ਨਹੀਂ ਪੀਂਦੇ, ਦੂਸਰੇ ਗਾਂ ਦਾ ਗੋਸ਼ਤ ਨਹੀਂ ਖਾਂਦੇ, ਉਹ ਗੋਸ਼ਤ ਵੀ ਖਾ ਜਾਂਦਾ ਸੀ। ਅਤੇ ਸਾਡੇ ਕੋਲ ਤਾਂ ਤੀਜੇ ਚੌਥੇ ਦਿਨ ਬੈੜੀ ਕਰਨੀ 25-27 ਰੁਪਏ, 7-8 ਰੁਪਏ ਦੀ ਉਸਲੇ ਬੈੜੀ ਆ ਜਾਂਦੀ ਸੀ, ਆਹੀ ਸਮਝ, 7 ਰੁਪਈਆਂ ਦੀ ਗਾਂ ਤਾਜ਼ੀ ਸੂਈ ਉਸਲੇ ਲਈ ਸਾਡੇ ਬਜ਼ੁਰਗਾਂ ਨੇ। ਅਤੇ ਉਹ ਇੱਕ ਬੀਬੀ ਸਾਡੇ ਪਿੰਡ ਦੀ ਕੋਲ ਲੱਗਦੀ ਸੀ, ਉਸ ਆਖਿਆ ਰਾਤ ਨੂੰ ਚਾਚਾ ਮੈਨੂੰ ਚਾਹੀਦੀ, ਉਹਨੇ ਆਖਿਆ ਚੱਲ ਤੂੰ ਲੈ ਜਾ। ਇਹ ਇੰਨੀ ਹੱਦ ਸੀ, 2-2.5 ਬਣ ਦੀ ਬੱਛੀ ਬੈੜੀ ਲੱਭ ਜਾਣੀ, ਉੱਧਰ ਉੱਪਰਾਂ ਨੂੰ ਹੋਣਾ ਦੋ ਪਿੰਡਾਂ 'ਚ ਫਿਰਨਾ, ਅਤੇ ਬਾਬੇ ਨੇ ਰੋਜ਼ ਇੱਕ ਬਾਬਾ ਲੰਬੜ ਸੀ ਸਾਡੇ ਕੋਲ, ਉਹਨੇ ਗੋਸ਼ਤ ਕਰਨਾ ਤਾਂ ਦੇ ਲਾਇਆ ਖਾਣਾ। ਅੱਛਾ ਜੀ, ਫਿਰ ਉਸ ਬੰਦੇ ਨੇ ਉਸ ਦੱਸਿਆ? ਹਾਂਜੀ, ਬੰਦੇ ਉਸਨੇ ਦੱਸਿਆ ਕਿ ਲੈ ਵੀ ਮੇਰੀ ਸੁਣੋ ਗੱਲ, ਉਹ ਸਿੱਖਾਂ ਨੇ ਇਕੱਠਾ ਉਹਨੂੰ ਜਿਹੜੇ ਇਕੱਠੇ ਹੋ ਕੇ ਬੈਠੇ ਉਹਨੂੰ ਵਿੱਚ ਸੱਦ ਕੇ ਉਹਨਾਂ ਭਾਲ ਲਿਆ, ਜਿਹਦੇ ਵਿੱਚ ਉਹਨਾਂ ਸੱਦ ਕੇ ਭਾਲ ਲਿਆ, ਉਹਨਾਂ ਆਖਿਆ ਮੈਨੂੰ ਦੱਸੋ ਕਿਉਂ ਸੱਦਿਆ ਮੈਨੂੰ। ਉਹੜੇ ਸੀ ਨੇ ਲਾਮੋ ਆਏ, ਉਹਨਾਂ ਆਖਿਆ ਯਾਰ ਸਾਡਾ ਤੂੰ ਭਰਾ ਨਹੀਂ, ਅਸੀਂ ਤੈਨੂੰ ਇਸ ਤੋਂ ਸੱਦਿਆ ਸੀ, ਦਿਲੋਂ ਤੁਹਾਡੇ ਕੋਲ ਲਾਮੋ ਆ ਗਏ, ਤੁਸੀਂ ਪਿੰਡ ਉਹ ਨਹੀਂ ਸਾਡੇ ਕੋਲ ਬਹਿੰਦੇ, ਅਤੇ ਇਰਾਦੇ ਇਸ 'ਤੇ ਸੀ ਵੀ ਇਹ ਛੋਟਾ ਜਿਹਾ ਪਿੰਡ ਹੈ, ਇਹਨੂੰ ਤਾਂ ਪੁੱਛ ਲਓ ਇਹ ਤਾਂ ਨਹੀਂ ਕਿਤੇ ਜਾਏ। ਅੱਛਾ ਚਲੋ ਯਾਰ ਮੈਂ ਬਹਿ ਗਿਆ, ਠੀਕ ਹੈ। ਪਰ ਉਹਨੇ ਜਿਹੜੇ ਬਹਿਣ ਲੱਗਾ ਤਾਂ ਉਹਨੇ ਆਖਿਆ ਇੱਕ ਮੈਨੂੰ ਬਿਮਾਰੀ ਹੈ, ਉਹ ਕੀ ਹੈ? ਉਹਨੇ ਆਖਿਆ ਮੈਨੂੰ ਇਹ ਬਿਮਾਰੀ ਕਿ ਮੈਂ ਹੁੱਕਾ ਪੀਂਦਾ। ਸਹੀ ਸਹੀ, ਤੁਸੀਂ ਪੀਂਦੇ ਨਹੀਂ, ਤੂੰ ਆਪਣੇ ਮੂੰਹ ਨਾਲ ਪੀਣਾ, ਸਾਨੂੰ ਕੀ, ਜਾ ਪੀਂਦਾ ਫਿਰ। ਆਖਿਰ ਠੀਕ, ਬਹਿ ਗਿਆ, ਹੁੱਕਾ ਧਰ ਕੇ ਆਉਂਦਾ ਸੀ, ਉਹਨੇ ਵਿੱਚ ਬੈਠਾ ਰਿਹਾ, ਤਾਂ ਦਿਨ ਵੀ ਉੱਥੋਂ ਨੇੜਾ ਜਾਂਦਾ ਜਾਏ, ਧੁੱਪ ਜਿਹੜੀ ਘੱਟਦੀ ਜਾਏ। ਮੈਂ ਆਖਿਆ ਨਾ ਕੰਜਰਾ, ਧੁੱਪ ਘੱਟ ਗਈ ਨਾ ਉੱਠ ਜਾਣਾ। ਇਹਨੇ ਉਹਨੇ ਹੁੱਕੇ ਨੂੰ ਮਾਰੀ ਫੂਕ, ਟੋਪੀ ਬੁਝਾ ਦਿੱਤੀ। ਮੈਂ ਆਖਿਆ ਤੁਹਾਨੂੰ ਆਖਿਆ ਸੀ ਮੈਂ ਅੱਗ ਧਰਨ ਜਾਣਾ, ਬਾਈ ਯਾਰ ਧਰ ਲਿਆ ਕਿਹੜੀ ਗੱਲ ਹੈ, ਨਹੀਂ ਨਹੀਂ ਤੁਹਾਨੂੰ ਭੁਲੇਖਾ ਨਾ, ਟੋਪੀ ਆ ਕੇ ਵੇਖ ਲਓ ਠੰਡੀ ਹੋ ਗਈ ਆ, ਜਾ। ਉਹਨੇ ਹੋਕਾ ਪਿਆਰਿਆਂ ਤਾਂ ਟੋਪੀ ਮਾਰੀ ਚੁੱਕੀ ਕੱਛੇ, ਅਤੇ ਉਹ ਪਿੰਡ ਨੂੰ ਵੜਿਆ, ਪਿੰਡੋਂ ਵੜ ਕੇ ਪੈਲੀਆਂ ਵਿੱਚੋਂ ਦੀ ਹੋ ਕੇ ਅਤੇ ਸਾਡੇ ਉਹ ਪਿੰਡ ਆ ਗਿਆ। ਸਹੀ, ਇਹ ਬੰਦੇ ਸਾਡੇ ਇੱਕ ਬੋਰਡ ਸੀ, ਸਾਡੀਆਂ ਹਵੇਲੀਆਂ ਦੇ ਸਾਹਮਣੇ ਹੁੰਦੀ ਸੀ, ਉਹਦੇ 'ਤੇ ਥੜਾ ਇੰਨਾ ਸੀ, ਕੋਈ 20-25 ਮੰਜੀਆਂ ਜਿਹੜੀਆਂ ਵੜੇਂਦੀਆਂ ਸਨ, ਲਹਿੰਦੇ ਚੜ੍ਹਦੇ ਦੀ ਬੋਰਡ ਸੀ, ਇੱਥੇ ਸਿਰਾਣਿਆਂ ਬੋਰਡ ਦੇ ਲੱਗ ਕੇ, ਅਤੇ ਐਂ ਨੂੰ ਥੜਾ ਲੰਮਾ ਬਣਾਇਆ ਸੀ, ਘੱਟ ਤੋਂ ਘੱਟ ਤਾਂ 20-25 ਮੰਜੀਆਂ ਉਹਦੇ 'ਤੇ ਜਹਿੰਦੀਆਂ ਸਨ। ਉੱਥੇ ਬੰਦੇ ਸਾਰੇ ਦੁਪਹਿਰੀ ਜ਼ਰੂਰ ਇਕੱਠੇ ਹੁੰਦੇ ਸਨ, ਸਾਰੇ ਅੰਜ ਮੰਜੀਆਂ ਡੱਠੀਆਂ, ਕੋਈ ਬੈਠਾ, ਕੋਈ ਲੰਮਾ ਪਿਆ, ਅਤੇ ਉਸ ਆਣ ਕੇ ਤਾਂ ਉੱਥੇ ਟੋਪੀ ਮਾਰੀ ਪਰਾਂ ਚੁੱਕ ਕੇ, ਅਤੇ ਇੰਝ ਕਰਕੇ ਹੱਥ ਜੋੜ ਕੇ ਖਲੋ ਗਿਆ। ਉਹ ਸਗੋਂ ਮੇਰੇ ਭਰਾਓ, ਸਾਰੀ ਜ਼ਿੰਦਗੀ ਮੇਰੇ ਤੁਹਾਡਾ ਲੰਘ ਗਿਆ, ਇੱਕ ਦੂਜੇ ਨਾਲ ਖਾਂਦੇ ਰਹੇ, ਵਰਤਦੇ ਰਹੇ, ਜੋ ਵੀ ਹੁੰਦਾ, ਅੱਜ ਆਖਰੀ ਟਾਈਮ ਹੈ। ਜੇ ਤੁਸੀਂ ਨਾ ਮੰਨੋ ਮੇਰੀ ਮਜ਼ਾਕ, ਕੋਈ ਬੰਦਾ ਲਾਹਮੋ ਚਾਹਮੋ ਦੀ ਹੋ ਕੇ ਧਿਆਨ ਮਾਰ ਲਓ ਵੀ ਸਾਡੇ ਅੰਬਾ ਥੱਲੇ ਕੀ ਹੈ, 400 ਬੰਦਾ ਉਹਨਾਂ ਦਾ ਉਸਲੇ ਇਕੱਠਾ ਸੀ, ਅਤੇ ਮੈਂ ਤੁਹਾਡੀ ਇਹ ਬੇਨਤ ਕਰਨਾ ਵੀ ਤੁਸੀਂ ਚੰਗਾ ਤਾਂ ਕਰੋ ਅਤੇ ਇੱਕ ਮਿੰਟ ਵਿੱਚ ਆਉਂਦੀ ਨਾ ਪਿੰਡ ਜਿਹੜਾ ਖਾਲੀ ਕਰ ਦਿਓ, ਤੁਸੀਂ ਅਗਾਂਹ ਪਿੱਛੇ ਹੋ ਜਾਓ, ਕਿਉਂਕਿ ਚਲੋ ਸਾਡੇ ਸਾਹਮਣੇ ਤੁਹਾਡੀ ਹੱਤਿਆ ਨਾ ਹੋਵੇ, ਕਿ ਉਹ ਹਿੰਦੂ ਸੀ ਹੱਤਿਆ ਕਹਿੰਦੇ ਸਨ, ਨੁਕਸਾਨ ਤਾਂ ਹੁੰਦਾ ਸੀ ਨਾ, ਫਿਰ
ਬੜਾ ਬੜਾ ਵਿੱਚ ਕਰ ਕਰ ਜਾਂਦੇ ਹਨ, ਪਿੰਡਾਂ ਦੇ ਪਿੰਡ ਹੋ ਜਾਂਦੇ ਹਨ। ਇੱਕ ਘਰ ਸੀ ਉੱਥੇ ਬਾਬਾ ਫਤਿਹ ਫਕੀਰ ਬਾਬਾ ਫੰਦੇ ਸ਼ਾਹ 27 ਜੀ ਸਨ ਉਹਦੇ, ਉਹ ਉਹਨਾਂ ਦੇ ਕਾਬੂ ਆ ਗਏ, 27 ਦੇ 27 ਉਹਨਾਂ ਮਾਰ ਦਿੱਤੇ। ਕਿਹਨਾਂ ਨੇ ਮਾਰਤੇ? ਉਹਨਾਂ ਸਿੱਖਾਂ। ਕਿਹੜੇ ਪਿੰਡ ਦੇ ਵਿੱਚ? ਉਹ ਦਾਲੋ ਵਾਲਾ ਪਿੰਡ ਸੀ ਨਾਲ ਹੀ, ਉਹਨਾਂ ਨੇ ਉੱਥੇ ਮਾਰ ਦਿੱਤੇ ਸੀ। ਉਹ ਸਾਰਾ ਟੱਬਰ ਹੀ ਮਾਰਤਾ? ਟੱਬਰ ਹੀ ਸਾਰਾ, ਇੱਕ ਜੀ ਨਹੀਂ ਸੀ ਉਹਨਾਂ 'ਚ ਛੱਡਿਆ। ਇੱਕ ਬੀਬੀ ਉਹਨਾਂ 'ਚ ਉਹਨਾਂ ਨੇ ਚੁੱਕ ਕੇ ਖੜੀ ਸੀ, ਉਹ ਫਿਰ ਅਖੀਰ ਇੱਕ ਉਹਨਾਂ ਦੇ ਰਿਸ਼ਤੇਦਾਰ ਸੀ, ਉਹ ਇਸ ਵੇਲੇ ਆਏ ਦੱਸੂ ਇਹ ਕੈਂਪ ਲੱਗਾ, ਉਹਨਾਂ ਦਾ ਇੱਕ ਰਿਸ਼ਤੇਦਾਰ ਸੀ ਉਹਦਾ ਨਾਂ ਸਿੱਖੀ ਹੋਣ, ਉਹਨੇ ਆਖਿਆ ਉਹ ਫਲਾਣੀ ਬੀਬੀ, ਉਹਨੇ ਆਖਿਆ ਉਹ ਯਾਰ ਉਹ ਤਾਂ ਉੱਥੇ ਉਹਨੇ ਰੱਖ ਲਈ, ਉਹਨਾਂ ਦੇਖਿਆ ਏ ਸੀ ਚਾਹੀ ਸੀ। ਉਹਨੇ ਜਾ ਕੇ ਟਰੱਕ ਇੱਥੋਂ ਲੈ ਕੇ ਮਨਜ਼ੂਰੀ ਕਰਕੇ ਗਿਆ, ਜਾ ਕੇ ਟਰੱਕ 'ਚ ਭਾ ਕੇ ਲਿਆ ਕੇ ਬਿਆਸ 'ਤੇ ਖੜੀ ਕਰਕੇ ਪੁਲ ਦੇ ਉੱਤੇ ਗੋਲੀ ਮਾਰ ਕੇ ਚੱਲ ਉਹਨੇ ਖੈਰ ਵੇਚਿਆ ਬੀਬੀ ਨੂੰ। ਬੀਬੀ ਨੂੰ ਜਿਹੜੀ ਬੇਬੀ ਉਹਦਾ ਰਿਸ਼ਤੇਦਾਰ ਸੀ, ਜਿਹਨਾਂ ਦੀ ਉਹ ਬੀਬੀ ਸੀ ਨਾ, ਉਹਨਾਂ ਦਾ ਰਿਸ਼ਤੇਦਾਰ ਸੀ, ਉਹਨਾਂ ਕੋਲੋਂ ਜ਼ਬਰਦਸਤੀ ਉਹ ਬੀਬੀ ਕੋਲ ਰਹਿ ਗਈ ਸੀ ਤਾਂ ਜੋ ਉਹ ਜਿਵੇਂ ਹੋਈ, ਉਹਨੇ ਆਖਿਆ ਇਹਨੂੰ ਖੜਨਾ ਨਹੀਂ ਬਗੈਰ ਦੱਸੀ ਹੋਈ ਹੈ, ਮਾਰ ਦਿੱਤੀ ਉੱਥੇ। ਇਹ ਇੰਜ ਦਾ ਇੱਕ ਉਹਨਾਂ ਦਾ ਹੱਥ ਪਿਆ ਅਤੇ ਉਹਨਾਂ ਨੇ 27 ਦੇ 27 ਜੀ ਮਾਰ ਦਿੱਤੇ। ਅੱਛਾ ਫਿਰ ਤੁਸੀਂ ਉਸ ਪਿੰਡੋਂ ਕਿੰਨੋ ਕਿਸ ਟਾਈਮ ਨਿਕਲੇ? ਰਾਤ ਅਸੀਂ ਨਹੀਂ ਦਿਨ ਦੇ 4 ਵਜੇ। ਉਸੇ ਦਿਨ ਜਦੋਂ ਦੱਸ ਕੇ ਗਿਆ, ਜਿਹੜੇ ਉਹ ਦੱਸ ਕੇ ਗਿਆ ਨਾ, ਉਹਨਾਂ ਪੈਰਾਂ 'ਤੇ ਬੰਦਿਆਂ ਆਖਿਆ ਛੱਡੋ ਮੰਜੀਆਂ ਸੀ ਕਿੱਥੇ ਖੜ, ਮੰਜੀਆਂ ਮੁੰਜੀਆਂ ਪਈਆਂ ਰਹੀਆਂ ਉੱਥੇ, ਅੱਲਾਹ ਤੇਰੀ ਯਾਰੀ ਬੰਦੇ ਘਰਾਂ ਨੂੰ ਵੜੇ ਨੇ, ਕੋਈ ਬੀਬੀਆਂ ਨੂੰ ਭਜਾਇਆ ਕਿ ਜਿਵੇਂ ਜਿੱਦਰ ਨਿਕਲ ਜਾਂਦਾ ਨਿਕਲੋ। ਮਿਸਾਲ ਹੁਣ ਇੱਥੇ ਬੰਦਾ ਆਣ ਕੇ ਸੁਨੇਹਾ ਦਿੰਦਾ ਸੀ ਇੱਧਰ ਨੂੰ ਜਾਂ ਇੱਧਰ ਨੂੰ, ਕਿਤੇ ਨਿਕਲਣਾ ਇੱਧਰ ਨਹੀਂ ਜਾਣਾ ਸੀ, ਇੱਧਰ ਤਾਂ ਅੱਗੇ ਬੈਠੇ ਹੈ, ਇੱਧਰ ਨੂੰ ਨਿਕਲੇ ਜਿੱਧਰ ਜਿੱਧਰ, ਫਿਰ ਕਿਸੇ ਦੇ ਸਿੰਘ। ਸ਼ਾਮੋਂ ਪਹਿਲੇ ਅਸੀਂ ਪਿੰਡ ਖਾਲੀ ਕਰ ਦਿੱਤਾ, ਜਿਹੜੇ ਪਿੰਡ ਖਾਲੀ ਕਰ ਦਿੱਤਾ, ਸਮਾਨ ਉੱਥੇ ਛੱਡਿਆ ਕਿ ਨਾਲ ਲੈ ਕੇ ਆਏ? ਨਹੀਂ ਨਹੀਂ ਛੱਡ ਦਿੱਤਾ, ਸਮਾਨ ਚੁਕੀਂਦਾ ਸੀ। ਹੁਣ ਵੇਖ ਨਾ ਘਰ ਦੇ ਵਿੱਚ ਅੱਲਾ ਕੀਤਾ, ਤੁਸੀਂ ਹਿਸਾਬ ਲਾ ਲਓ ਵੀ 1-2-4 ਜੀ ਚੁੱਕਣ ਲੱਗਣ ਸਿਰਾਂ 'ਤੇ, ਚੁੱਕਿਆ ਤਾਂ ਨਹੀਂ ਜਾਂਦਾ ਹੱਥਾਂ 'ਚ। ਕੋਈ ਜਿਹੜੀ ਚੀਜ਼ ਕਿਸੇ ਤੋਂ ਫੜੀ ਜਾਂਦੀ ਸੀ, ਕੋਈ ਬੀਬੀਆਂ ਨੂੰ ਹੁੰਦੀਆਂ ਪੋਟਲੀਆਂ ਪਟਲੀਆਂ ਆਪਣੇ ਕੁਟੂਮ ਪਛਾਲਾ, ਉਹ ਉਹਨਾਂ ਫੜਿਆ ਬੰਦਿਆਂ ਨੇ। ਹੋਰ ਕੀ ਚੁੱਕਣਾ ਸੀ, ਬਸ ਕਿਸੇ ਕੋਲ ਗੱਡਾ ਭੇਡਾ ਸੀ ਤਾਂ ਉਹਨੇ ਕੋਈ ਲੱਦਿਆ ਲੁੱਦਿਆ, ਕਿਸੇ ਦਾ ਰਹਿ ਗਿਆ ਕਿਸੇ ਦਾ ਆ ਗਿਆ, ਖਸਤਾ ਹਾਲੀ ਜੀ ਸੀ ਉਹ ਟਾਈਮ। ਇਸ ਲਈ ਫਿਰ ਉੱਥੋਂ ਅੱਲਾ ਕੀਤਾ ਅਤੇ ਸ਼ਾਮ ਤੱਕ ਬੰਦੇ ਗਏ ਨੇ ਪਿਛਾ ਮੁੜ ਕੇ, ਫਿਰ ਤਿੰਨ ਬੰਦੇ ਗਏ ਨੇ। ਕੀ ਕਰਨ ਗਏ ਵਾਪਸ? ਉਹਨਾਂ ਨੇ ਸੋਚਿਆ ਯਾਰ ਅਸੀਂ ਸਾਰਾ ਕੁਝ ਛੱਡ ਆ, ਇੱਕ ਹੱਟੀ ਭਰੀ ਸੀ ਖੰਡ ਦੀ, ਉਹਦੇ ਕੋਲ ਡੀਪੂ ਸੀ, ਇੱਕ ਬੰਦੇ ਦੇ ਕੋਲ ਢੱਗਿਆਂ ਦੀ ਜੋੜੀ ਚੰਗੀ ਸੀ, ਇਹ ਕੁੰਜੀ ਹਿੰਮਤ ਵਾਲਾ ਸੀ, ਚੱਲ ਕੇ ਯਾਰ ਕੁਛ ਲਾਲਚ ਕੀਤਾ ਕਿ ਚਲੀਏ ਚੱਲ ਕੇ ਅਤੇ ਕੋਈ ਖੰਡ ਦੀਆਂ 2-3 ਬੋਰੀਆਂ ਲੱਦ ਲਈਏ, ਕੋਈ ਗੱਡਾ ਜੋ ਲਿਆਈਏ। ਜਿਸ ਲਈ ਇਹ ਪਿੰਡ ਦੇ ਵਾਹਵਾ ਦੂਰ ਸੀ ਅਤੇ ਉਹ ਠਾ ਦਰਵਾਜ਼ੇ ਤੋੜਨ ਲੱਗੇ ਅਤੇ ਪੰਡ ਲੁੱਟਣ ਲੱਗੇ ਅਤੇ ਚਮਾਰ ਜਿਹੜੇ ਸੀ ਉਹਨਾਂ ਨੇ ਪਾਰੇ ਖਿਲਾਰੇ ਪਰਾਂ। ਇੱਕ ਚਮਾਰ ਨੇ ਜਿਹੜੇ ਵੇਖਿਆ ਵੀ ਬੰਦਾ ਦੇ ਲੱਗੇ ਆਉਂਦੇ ਆ ਮੁਸਲਮਾਨਾਂ 'ਚੋਂ, ਉਹਨੇ ਉਹਨਾਂ ਨੂੰ ਅੱਜ ਕਰਕੇ ਕਰ ਦਿੱਤਾ। ਚਮਾਰ ਉਹਨਾਂ ਨਾਲ ਰਲ ਗਏ ਸੀ? ਚਮਾਰ ਤਾਂ ਹੁੰਦੇ ਹੀ ਉਹਨਾਂ ਦੇ ਨਾਲ ਦੇ ਸੀ ਨਾ। ਅੱਛਾ, ਉਹ ਜਿਸਲੇ ਇੰਝ ਕੀਤਾ ਉਹਨਾਂ ਨੇ ਹੱਥ ਮਾਰਿਆ ਅਤੇ ਉਹਨੂੰ ਫਿਰ ਵੀ ਕਿਸੇ ਵੇਖ ਲਿਆ ਉਹਨਾਂ ਦੇ ਵਿੱਚੋਂ, ਉਹਨੂੰ ਪੁੱਛਦੇ ਉਹ ਹੱਥ ਕਿਹਨੂੰ ਮਾਰਿਆ ਸੀ, ਉਹਨੇ ਕਿਹਾ ਕਦੋਂ ਮਾਰਿਆ, ਕੋਈ ਖੁਰਕ ਵੀ ਨਾ ਹੋਵੇ ਬੰਦੇ ਨੂੰ, ਉਹ ਵੀ ਉਹਨੇ ਖੁਰਕੇ ਵੀ ਨਾ ਬੰਦਾ। ਆਖਣ ਲੱਗੇ ਨਹੀਂ ਕੋਈ ਬੰਦਾ ਤੂੰ, ਕੋਈ ਸ਼ਾਇਦ ਵੇਖੀ ਸੀ ਇਹ। ਫਿਰ ਜਿਹੜੇ ਫਿਰ ਪਿਛਾਂ ਭੱਜੇ ਨੇ ਮੁੜ ਕੇ ਹਟ ਕੇ, ਦੂਰ ਜਾ ਕੇ ਇੱਕ ਦੂਜੇ ਨੂੰ ਮਾਰੀਆਂ ਬਾਜਾਂ, ਕੋਈ ਜਵਾਰਾਂ ਨੂੰ ਮਕਈਆਂ ਹੋਈਆਂ ਨੂੰ ਬਣ ਗਏ। ਇਹਦਾ ਜਿਹੜੇ ਉਹਨਾਂ ਫਿਰ ਸੁਣੀ ਨਾ ਗੱਲ, ਉਹਨਾਂ ਆਖਿਆ ਸੁਣਾ, ਤੈਨੂੰ ਆਖਿਆ ਸੀ ਨਾ ਕੋਈ ਬੰਦਾ ਸੀ, ਇਹ 3 ਜਣੇ ਗਏ ਸਨ। ਫਿਰ ਅੱਲਾ ਅੱਲਾ ਕਰਕੇ ਪਿਛਾਂ ਨੱਸੇ ਨਿਕਲ ਕੇ ਆ ਗਿਆ ਵੀ ਆਪਣੀ ਜਾਨ ਬਚਾਓ। ਇਹ ਫਿਰ ਜਾਨ ਬਚਾਈ ਅੱਲਾ ਕੀਤਾ ਅਤੇ ਆਪਣਾ ਸ਼ਾਮਾਂ ਨੂੰ ਅਸੀਂ ਫਿਰ ਜਿੱਥੇ ਜਿੱਥੇ ਕਿਸੇ ਦੇ ਸਿੰਘ ਸਮੀਤੇ ਚਲੋ ਚਲੋ, ਫਿਰ ਉੱਥੋਂ ਚੱਲ ਗਈ ਗੱਲ। ਪਹਿਲੇ ਉੱਥੇ ਉੱਠ ਕੇ ਆਣ ਕੇ ਖਾਨਪੁਰ ਇਕੱਠੇ ਹੋਏ ਹਾਂ, ਪਹਿਲੇ ਤਾਂ 1-2 ਰਾਤਾਂ ਪਡੇਰੇ ਰਹੇ, ਪਡੇਰੇ ਉੱਠੇ ਅਤੇ ਖਾਨਪੁਰ ਇਕੱਠੇ ਹੋਏ। ਖਾਨਪੁਰੋਂ ਫਿਰ ਵਾਹਵਾ ਚਿਰ ਰਿਹਾ ਕੈਂਪ, ਉੱਥੋਂ ਹੱਠੇ ਅਤੇ ਫਿਰ ਦਸੂਏ ਆ ਗਏ। ਦਸੂਏ ਤਾਂ 3 ਮਹੀਨੇ ਰਹੇ ਸਾਂ ਤੁਸੀਂ ਉੱਥੇ? ਹਾਂਜੀ, 3 ਮਹੀਨੇ ਪਹਿਲੇ ਅੱਧਾ ਚਿਰ ਸੜਕੋਂ ਇਸ ਪਾਸੇ ਰਹਿ ਗਏ, ਫਿਰ ਇੱਧਰ ਗੰਦ ਬਹੁਤ ਪੈ ਗਿਆ, ਫਿਰ ਉਹਨਾਂ ਸੜਕ ਚੁੱਕੇ ਇਹਦੇ ਪਾਸੇ ਕੈਂਪ ਕੀਤਾ। ਕਿੰਨਾ ਕੁ ਕੈਂਪ 'ਚ ਬੰਦਾ ਸੀ? ਬੋਲੇ ਬੋਲੇ ਜੀ ਕੋਈ, ਅਸੀਂ ਅਣਗਿਣਤ ਤੋਂ ਲਾਵੇ ਜੀ। ਵੀ ਇਹਨਾਂ ਨੇ ਦੱਸਿਆ ਵੀ ਕੈਂਪ ਬੜਾ ਸੀ, ਕੈਂਪ ਸੀ 2 ਲੱਖ ਦਾ, 1 ਲੱਖ ਦਾ ਉਹਨਾਂ ਨੇ ਠਾਲਿਆ ਸੀ ਅਤੇ 1 ਲੱਖ ਦਾ ਡੱਕ ਲਿਆ ਸੀ। ਸਹੀ ਸਹੀ, ਅਤੇ ਇਹਨਾਂ ਕੈਂਪ ਨਾ ਤੁਰੋ, ਅੱਧਾ ਅੱਧਾ ਤੁਰੋ। ਉਹ ਫਿਰ ਦੇ ਜਿਹੜੇ ਸੀ ਉਹ ਤੁਰ ਪਏ, ਉੱਥੇ ਫਿਰ ਇੱਕ ਪਿੰਡ ਰਾਹ ਦੇ ਵਿੱਚ ਆਉਂਦਾ ਮੂੰਡਕਾਂ ਸੀ, ਉੱਥੇ ਫਿਰ ਸਿੱਖਾਂ ਨੇ ਗੋਲੀ ਚਲਾਈ, ਬੀਬੀਆਂ ਨੇ ਬੱਚੇ ਵੀ ਉੱਥੇ ਸੁੱਟ ਦਿੱਤੇ, ਪੰਡਾਂ ਜਿਹੜੀਆਂ ਸਿਰ 'ਤੇ ਰੱਖੀਆਂ ਸੀ ਉਹ ਵੀ ਛੱਪੜੀਆਂ ਸੁੱਟ ਦਿੱਤੀਆਂ। ਹੈਂਜੀ, ਫਿਰ ਖਾਲੀ ਹੋਵੇ, ਹੁਕਮ ਸੀ ਵੀ 5 ਰੁਪਈਆਂ ਤੋਂ ਵੱਧ ਕੋਈ ਸ਼ੈ ਨਹੀਂ ਜਾਣੀ ਜੀ, ਕੋਈ ਸ਼ੈ ਨਹੀਂ ਚੁੱਕੀ, ਬਸ ਇਸੇ ਤਰ੍ਹਾਂ ਅੱਲਾ ਦੇ ਆਸਰੇ ਤੁਰ ਪਏ। ਕਿਸੇ ਸਲੇਬ ਬੰਦਾ ਕਿਸੇ ਖੇਸ ਬੰਦਾ ਚੁੱਪ ਕੇ ਟੁਰੇ ਰਹੇ, ਅਖੀਰ ਦੀ ਬਾਕੀ ਆਰਡਰ ਉਡਰ ਕੋਈ ਨਹੀਂ ਸੀ ਉਹ, ਮੈਂ ਤੂੰ ਕਿਸੇ ਅੱਗੇ ਟੂੰਬਾਂ ਵੀ ਛੁੱਟਦੇ, ਉਹ ਬੰਦਿਆਂ ਨੇ ਬੀਬੀਆਂ ਕੋਲੋਂ ਟੂੰਬਾਂ ਸਟਾਈਆਂ, ਇਹ ਤਾਂ ਜਿਹਦੇ ਕੋਲ ਟੂੰਬਾਂ ਨਿਕਲੀਆਂ ਉਹਨੂੰ ਮਾਰ ਪੈਣੀ, ਉਹਨੂੰ ਫਲਾਣਾ ਹੋਣਾ, ਡਰਾਉਂਦੇ ਡਰਾਉਂਦੇ ਆ।
ਕਿਸੇ ਨੇ ਮਾਰਿਆ ਨਹੀਂ ਕਿਸੇ ਨੇ ਆਪਣੀ ਮੈਨੂੰ ਦੱਸਣਾ ਮੈਂ ਤੁਹਾਨੂੰ ਦੱਸਣਾ ਕਿ ਅਸੀਂ ਪੜ੍ਹਨ ਜਾਂਦੇ ਸੀ ਨਾ ਅਤੇ ਇੱਕ ਮਾਸਟਰ ਸੀ ਮੁਸਲਮਾਨ ਅਤੇ ਇੱਕ ਸੀ ਸਿੱਖ ਉਹ ਸਿੱਖ ਦੇ ਲਾਗੇ ਕਾਲਾ ਬੱਕਰਾ ਪਿੰਡ ਸੀ ਅਤੇ ਉਹਦਾ ਸਟੇਸ਼ਨ ਵੀ ਸੀ ਉਹ ਉੱਥੋਂ ਜਾਂਦਾ ਸੀ ਉਹ ਉਹਨਾਂ ਕਰਕੇ ਨਾ ਦੱਸੋ ਬੜੀ ਦੂਰ ਸੀ ਅਸੀਂ ਸਿੰਘੋਣ ਪੜ੍ਹਨ ਜਾਂਦੇ ਸੀ ਉੱਥੇ ਜਿਹੜੇ ਮਾਸਟਰ ਜਿਹੜਾ ਸੀ ਨਾ ਸਿੱਖ ਉਹ ਚਲੇ ਗਿਆ ਛੁੱਟੀ ਚਲੋ ਛੁੱਟੀ ਚਲ ਗਿਆ ਸਾਡੇ ਉਹ ਮਾਸਟਰਾਂ ਦੇ ਮੁੰਡੇ ਸਨ ਚਾਰ ਭਰਾ ਸੀ ਤਿੰਨ ਚਾਰ ਇਕਬਾਲ ਅਤੇ ਤੋਤੀ ਅਤੇ ਮਾਣੋ ਅਤੇ ਉਹ ਸ਼ਬੀਰ ਇੰਝ ਕਰਕੇ ਚਾਰ ਭਰਾ ਜਾਂਦੇ ਸਨ ਅਸੀਂ ਉਸ ਵੇਲੇ ਜੇ ਸ਼ੁਰੂ ਹੋਏ ਸੀ ਅਤੇ ਉਹ ਪੜ੍ਹਦੇ ਸਨ ਕੋਈ ਚਾਰ ਜਮਾਤਾਂ ਉਹ ਪੜ੍ਹ ਗਏ ਸਨ ਉਹ ਜਿਹੜਾ ਸੀ ਨਾ ਸਿੱਖ ਮੁਸਲਮਾਨ ਮਾਸਟਰ ਉਹ ਗਿਆ ਛੁੱਟੀ ਜਿਹੜੇ ਛੁੱਟੀ ਗਿਆ ਅਤੇ ਆ ਤਾਂ ਗਿਆ ਤੀਜੇ ਦਿਨ ਅਤੇ ਇੱਕ ਦਿਨ ਛੁੱਟੀ ਉਹਨਾਂ ਮਾਸਟਰ ਮੁਸਲਮਾਨ ਤੋਂ ਲਈ ਉਹ ਕਮਜ਼ੋਰ ਜਿਹਾ ਸੀ ਵਡੇਰਾ ਸੀ ਅਤੇ ਦੂਜੇ ਦਿਨ ਉਹਨੂੰ ਆਣ ਕੇ ਸਿੱਖਾਂ ਨੂੰ ਮੁੰਡਿਆਂ ਨੂੰ ਪੁੱਛਦਾ ਵੀ ਛੁੱਟੀ ਲਏ ਸੀ ਸਬਕ ਅਸੀਂ ਜੀ ਕੱਲ੍ਹ ਲਿਆ ਸੀ ਅਤੇ ਅੱਜ ਅਜੇ ਨਹੀਂ ਹਲੇ ਉਹ ਕੁੜੀ ਆਵੇ ਨੇ ਇੰਨਾ ਮਾਰਿਆ ਉਹਨਾਂ ਮੁੰਡੇ ਨੂੰ ਮਾਰੇ ਸੱਟ ਉਹ ਉੱਥੇ ਜਾ ਕੇ ਪਵੇ ਤਾਂ ਤਰੇਵੇਂ ਚਾਰੇ ਭਰਾ ਇੰਨਾ ਮਾਰਿਆ ਇੰਨਾ ਜਵਾਨ ਸੀ ਉਹ ਬੜਾ ਕੁਦਰਤ ਮਾਲਕ ਦੀ ਜਿਹੜੇ ਫਿਰ ਅਸੀਂ ਆਏ ਨਾ ਉਹ ਟਿੱਡਾ ਸਨਾਉੜਾ ਸਦਾਉਂਦਾ ਸੀ ਉਹ ਸਟਾਫ ਦਾ ਨਾਂ ਉੱਥੇ ਪਿਆ ਉਹ ਜਸਾ ਫਿਰ ਦੀਗਰ ਵੇਲੇ ਉਹਨਾਂ ਬੰਦੇ ਬੜੇ ਮਾਰੇ ਜਿਹੜੇ ਸਾਡੇ ਕੋਲ ਬੇਲੀ ਸੀ ਨਾ ਵਿੱਚ ਡਾਂਗ ਨਾਲ ਹੀ ਉਹਨਾਂ ਨੇ ਵੀ ਬਥੇਰੇ ਸੁੱਟੇ ਸੀ ਉਹ ਦੋ ਜਿਹੜੇ ਸੀ ਨਾ ਮਰੇ ਪਏ ਇੱਕੋ ਸਿੱਖ ਜਿਹੜਾ ਸੀ ਮਾਸਟਰ ਸਾਡਾ ਮਰ ਗਿਆ ਉਹਨੂੰ ਮਾਰ ਕੇ ਆਇਆ ਕਿ ਉਹਨੂੰ ਵੀ ਉਹ ਪਿਆ ਨਾ ਲੈ ਕੇ ਜਸੇ ਦੇ ਅੱਗੇ ਲੱਗ ਕੇ ਆਇਆ ਕਾਲੇ ਬੱਕਰੇ ਦਾ ਸਟੇਸ਼ਨ ਸਦਾਉਂਦਾ ਸੀ ਉਹ ਸਟੇਸ਼ਨ ਦੇ ਸਾਹਮਣੇ ਨਿਕਲ ਕੇ ਅਤੇ ਜਸਾ ਪਿਆ ਅਤੇ ਮੈਂ ਫਿਰ ਜਿਹੜੇ ਸ਼ਾਮ ਸਾਡਾ ਗੱਡਾ ਉੱਥੇ ਪਹੁੰਚਿਆ ਸੀ ਸ਼ਾਮੀ ਮੈਂ ਖਿਆਲ ਹੈ ਵੀ ਆਹ ਤਾਂ ਉਹ ਹੀ ਮਾਸਟਰ ਹੈ ਇੱਕ ਦੀਆਂ ਲੱਤਾਂ ਇੱਧਰ ਨੂੰ ਕੀਤੀਆਂ ਮੰਜੀ 'ਤੇ ਅਤੇ ਇੱਕ ਦਿਨ ਦੋਵਾਂ ਦੇ ਕੇਸ ਖਿਲਾਰ ਕੇ ਵਿੱਚ ਸੁਆਹ ਪਾਈ ਸੀ ਅਤੇ ਦੂਜੇ ਸਾਡੇ ਵੀ ਬੰਦੇ ਮਰੇ ਪਏ ਸੀ ਬਸੇਰੇ ਗੱਡੇ ਪਰਾਂ ਕਰ ਲਾਸ਼ਾਂ ਪਰਾਂ ਕਰਕੇ ਗੱਡੇ ਲਗਾਏ ਸੀ ਇੰਨੇ ਕੁ ਬੰਦੇ ਮੋਏ ਸਨ ਉੱਥੇ ਅਖੀਰ ਆ ਗਏ ਰਾਤ ਨੂੰ ਫਿਰ ਅਸੀਂ ਅਗਲੇ ਦਿਨ ਲੈਲਪੁਰ ਧੋਬੜੀ ਜਿਹਨਾਂ ਦਾ ਇਹਨਾਂ ਨੇ ਨਾਂ ਲਿਆ ਪਿੰਡ ਦਾ ਉੱਥੇ ਆਣ ਕੇ ਤਾਂ ਫਿਰ ਇਹ ਹੋਣਾ ਸੀ ਉੱਥੋਂ ਬਦਲ ਕੇ ਜਾਣਾ ਸੀ ਉਹ ਆਉਂਦੇ ਸਨ ਕਰਤਾਰਪੁਰ ਨੂੰ ਰਾਹ ਚੱਲੋ ਅੰਮ੍ਰਿਤਸਰ ਨੂੰ ਆਉਣਾ ਸੀ ਨਾ ਕਰਤਾਰਪੁਰ ਵਾਲੇ ਰਾਹ ਚੱਲੋ ਕੋਈ ਆਉਂਦਾ ਸੀ ਕਿ ਨਹੀਂ ਜਲੰਧਰ ਨੂੰ ਜਾਣਾ ਜਲੰਧਰ ਆਉਣ ਦੀ ਖਤਰਾ ਕੋਈ ਨਹੀਂ ਸੀ ਕਰਤਾਰਪੁਰ ਆਉਣ ਦੀ ਖਤਰਾ ਬੜਾ ਸੀ ਖਤਰਾ ਇਹ ਸੀ ਕਿ ਸਾਰਾ ਐਡਾ ਵੱਡਾ ਕਸਬਾ ਸੀ ਅਤੇ ਸਿੱਖਾਂ ਦਾ ਹੀ ਸਾਰਾ ਕੋਈ ਹਮ ਹੀ ਨਹੀਂ ਸੀ ਨਾ ਮੁਸਲਮਾਨਾਂ ਦਾ ਅਗਰ ਉਹ ਨਾ ਸਾਡੀ ਰਲਦੀ ਨਾ ਮਿਲਟਰੀ ਅਤੇ ਬਾਕੀ ਜੇ ਉਹ ਕਰਤਾਰਪੁਰ ਨੂੰ ਲਿਆਉਂਦੇ ਤਾਂ ਬੱਚਾ ਇੱਕ ਨਹੀਂ ਸੀ ਆਉਂਦਾ ਉਹ ਅੱਲਾ ਦਾ ਕਰਨਾ ਜਿਸਲੇ ਰਾਤ ਦੇ ਸ਼ਾਮ ਵੇਲੇ ਸਾਨੂੰ ਇੱਕ ਬੰਦੇ ਪੁੱਛਦੇ ਨੇ ਕੋਈ ਗੱਡਾ ਵੇਚਣਾ ਅਸੀਂ ਆਖਿਆ ਬਿਲ ਇੱਥੇ ਤਰਖਾਣਾ ਦੀ ਦੁਕਾਨ ਵੇਖਿਆ ਅੱਲਾ ਦਾ ਕੀਤਾ ਜਲਦੀ ਸਰਗੀ ਹੋਈ ਨਾ ਅਸੀਂ ਉਹਨਾਂ ਨੂੰ ਚੱਕ ਚੁੱਕ ਕੇ ਘੱਲ ਦਿੱਤਾ ਅਤੇ ਜਿਹੜੀ ਮਿਲਟਰੀ ਸੀ ਨਾ ਉਹ ਮੁਸਲਮਾਨ ਪਹੁੰਚ ਗਏ ਜਿਹੜੇ ਮੁਸਲਮਾਨ ਮਿਲਟਰੀ ਪਹੁੰਚ ਗਏ ਉਹਨੇ ਕਿਹਾ ਹਾਂ ਵੀ ਜਵਾਨੋਂ ਕੋਈ ਘਬਰਾਉਣ ਦੀ ਲੋੜ ਨਹੀਂ ਕੋਈ ਡਰਨ ਦੀ ਲੋੜ ਨਹੀਂ ਜਿੱਥੋਂ ਦੀ ਸਵੇਰ ਨੂੰ ਅੱਲਾ ਨੇ ਮਨਜ਼ੂਰ ਹੋਇਆ ਤੁਰ ਪੈਣਾ ਉਹਨਾਂ ਫਿਰ ਉਹ ਕਰਤਾਰਪੁਰ ਨੂੰ ਹੀ ਲਿਆਂਦਾ ਸਾਨੂੰ ਉਹਨਾਂ ਆਖਿਆ ਸੀ ਹੁਣ ਇੱਥੋਂ ਦੀ ਜਾਣਾ ਸਿੱਖਾਂ ਦੇ ਪਿੰਡ ਦੇ ਵਿੱਚ ਸਿੱਖਾਂ ਦੇ ਪਿੰਡ ਦਾ ਗੜ੍ਹ ਸੀ ਤਾਂ ਅੰਜ ਖਲੋਤੇ ਦਲਾਂ ਦੇ ਦਲ ਉਹਨੇ ਆਖਿਆ ਜੀ ਠੀਕ ਹੈ ਉਹ ਅੱਲਾ ਦਾ ਕਰਨਾ ਅਸੀਂ ਤੁਰੇ ਉਹਨੇ ਸੜਕ ਦੇ ਕੰਢੇ 'ਤੇ ਇੱਕ ਖੂਹੀ ਆਈ ਉੱਥੇ ਪੰਜ ਸੱਤ ਬੜੇ ਬੜੇ ਬੂਛੜ ਖਲੋਤੇ ਉਹ ਇੱਕ ਮੁੰਡਾ ਜਿਹਾ ਸੀ ਫੌਜੀ ਸਾਡੇ ਨਾਲ ਅੱਗੇ ਪਿੱਛੇ ਰਾਉਂਡ ਕਰਦਾ ਸੀ ਵੀ ਉਧਰ ਪਾਣੀ ਲੈਣ ਦਾ ਖੂਹੀ ਸੀ ਉਹਦੇ ਆਲੇ ਦੁਆਲੇ ਖਲੋਤੇ ਜਿਹੜਾ ਪਾਣੀ ਲੈਣ ਜਾਏ ਉਹਨੂੰ ਭੱਜ ਕੇ ਅੰਜ ਮਾਰਨ ਪੈਣ ਉਹ ਪਿਛਾਂ ਹੋ ਜਾਏ ਫਿਰ ਉਹ ਮੁੰਡਾ ਹੈਗਾ ਹੋਇਆ ਉਹਨੇ ਆਖਿਆ ਗੱਲ ਸੁਣੋ ਇਹ ਪਾਣੀ ਨਹੀਂ ਲੈਣ ਦਿੰਦੇ ਉਹ ਜਾਓ ਜਾਓ ਕੰਮ ਕਰੋ ਉਹਨੇ ਆਖਿਆ ਤੁਰੇ ਤਾਂ ਅੱਗੇ ਜਾਣ ਡੇ ਇਹਨਾਂ ਦੇ ਕੋਲ ਕੀ ਇੱਥੇ ਤੁਹਾਡਾ ਰੱਖਣਾ ਪਾਣੀ ਦਾ ਘੁੱਟ ਭਰ ਲੈਣ ਦਿਓ ਆਖਣ ਲੱਗੇ ਨਹੀਂ ਕੋਈ ਪਾਣੀ ਛਾਣੀ ਨਹੀਂ ਇੱਥੇ ਉਹਨੇ ਆਖਿਆ ਠੀਕ ਹੈ ਉਹਦੇ ਪਰਾਂ ਹੋ ਕੇ ਜਨਾਬ ਸਮਝੋ ਤੁਸੀਂ ਮਾਰ ਕੇ ਗੋਡਾ ਦੇ ਉਹਨੇ ਜਿਲ੍ਹੇ ਚਾੜੀ ਨਾ ਮੇਕ ਜੀਨ ਉਹਨੇ ਆਖਿਆ ਜੀ ਮੈਂ ਥਪਕੀ ਨਹੀਂ ਮਾਰੀ ਉਹਨੇ ਆਖਿਆ ਜੇ ਆਪਣੀ ਸਿੱਖਣੀ 'ਤੇ ਜੰਮੇ ਹੋ ਤਾਂ ਇੱਥੇ ਹੀ ਖੜ੍ਹੇ ਰਹਿਣਾ ਜੀਵਣ ਅਤੇ ਅਸੀਂ ਲੱਗੇ ਪਾਣੀ ਲੈਣ ਬੰਦੇ ਨੂੰ ਆਉਂਦੇ ਆਓ ਪਾਣੀ ਲਓ ਮੈਂ ਉੱਥੇ ਉਹਨਾਂ ਦੇ ਬੰਦਿਆਂ ਦੇ ਵਿੱਚ ਸੀ ਹੱਥ ਦੀ ਬਾਲਟੀ ਫੜੀ ਜਿਸਦੇ ਭਾਵੇਂ ਮੈਂ ਇੰਨਾ ਹੀ ਸੀ ਬਾਲਟੀ ਮੇਰੇ ਹੱਥ 'ਚ ਆ ਸੀ ਉਹਨਾਂ ਨੇ ਆਖਿਆ ਮੇਰੀ ਸੁਣੋ ਗੱਲ ਉਹ ਨੱਸ ਗਏ ਸਾਰੇ ਦੌੜ ਦੌੜ ਗਏ ਉਹਨੇ ਆਖਿਆ ਆ ਜਾਓ ਜਿੰਨੇ ਕੁ ਪਾਣੀ ਭਰ ਸਕਦੇ ਹੋ ਭਰ ਲਓ ਉਹ ਮੁੰਡੇ ਨੇ ਆਖਿਆ ਫੌਜੀ ਨੇ ਜਿਹੜਾ ਪਾਣੀ ਛਾਣੀ ਜਿੰਨਾ ਕੁ ਭਰਿਆ ਕੁਝ ਜੀ ਹੈਗਾ ਲੰਘ ਗਏ ਅਸੀਂ ਉਹ ਵੀ ਉੱਠਿਆ ਨਹੀਂ ਆਖਿਆ ਲਓ ਬੜੋ ਮਾਂ ਦੇ ਸਿਰ 'ਚ ਰੱਖੋ ਇਸ ਤਰ੍ਹਾਂ ਦੇ ਵੀ ਉਹਨਾਂ ਨੇ ਕੰਮ ਕੀਤੇ ਫਿਰ ਤੁਸੀਂ ਪਾਕਿਸਤਾਨ ਕਿੰਨੇ ਕੁ ਦਿਨਾਂ ਤੱਕ ਪਹੁੰਚੇ ਤੁਸੀਂ ਅਸੀਂ ਇੱਕ ਇੱਕ ਹੋਈ ਸੀ ਢੱਡੇ ਸਨਾਉੜਿਓ ਸਾਡੀ ਗੁਰੂ ਦਾ ਜਡਿਆਲਾ ਇੱਕ ਮਜ਼ਲ ਦੂਸਰੀ ਮਜ਼ਲ ਸਾਡੀ ਬਿਆਸ ਦੋ ਮਜ਼ਲਾਂ ਤੀਸਰੀ ਮਜ਼ਲ ਅੰਮ੍ਰਿਤਸਰ ਅੰਮ੍ਰਿਤਸਰੋਂ ਚੌਥੀ ਮਜ਼ਲ ਸਾਡੀ ਬਾਗੇ ਆ ਗਈ ਸੀ ਇੱਥੋਂ ਜਿਹੜੇ ਟੁਰ ਪਏ ਸਨ ਦੱਸੋ ਛੇਵੀਂ ਮਜ਼ਲ ਅਤੇ ਛੇਵੇਂ ਦਿਨ ਅਸੀਂ ਇਹ ਆਖਰੀ ਦਾ ਲਾਹੌਰ ਪਹੁੰਚ ਗਏ ਸੀ ਜਲੋ ਮੋਟਰ 'ਤੇ ਹੀ ਕਿਸੇ ਕੋਲ ਗੱਡਾ ਸੀ ਜਾਂ ਚਾਹੇ ਗੱਡਾ ਸੀ ਜਾਂ ਨਹੀਂ ਤੁਰਦੇ ਹੀ ਸੀ ਸਹੀ ਉੱਥੋਂ ਫਿਰ ਇੱਥੇ ਆ ਕੇ ਕੈਂਪ 'ਚ ਬੈਠੇ ਪਾਕਿਸਤਾਨ ਨਹੀਂ ਨਹੀਂ ਆਪਣਾ ਬੋਲੀ ਕੈਂਪ ਉੱਥੇ ਆਏ ਲਾਹੌਰ
ਬਾਗਾ ਮੋੜ ਜਿਹੜਾ ਉੱਥੋਂ ਲੰਘੇ ਹਾਂ, ਰਾਤ ਉੱਥੇ ਰਹੇ ਹਾਂ। ਸਾਡਾ ਭਰਾ ਉੱਥੇ ਫੌਤ ਹੋ ਗਿਆ, ਸਾਰਿਆਂ ਤੋਂ ਵੱਡਾ ਸੀ, ਕੁਦਰਤੀ ਬਾਤ ਤਕਲੀਫ ਬਣੀ ਉੱਥੇ, ਰਾਤ ਨੂੰ ਫੌਤ ਹੋ ਗਿਆ। ਉੱਥੇ ਫਿਰ ਪਰਾਂ ਕੋਈ ਢਡਿਆਰਾ ਪਿੰਡ ਹੈ, ਉੱਧਰ ਪਰਾਂ ਬਾਰਡਰ 'ਤੇ ਬਗਾਲੀ ਬਰਕੀ ਢਡਿਆਰਾ ਸਗਾਉਂਦਾ, ਕੁਝ ਹੀ ਉੱਧਰ ਕੋਈ ਨਿਕਲ ਗਏ। ਇੱਥੇ ਇੱਕ ਕੈਂਪ ਬਣਾਇਆ ਸੀ ਇਹਨਾਂ ਨੇ, ਬੋਲੀ ਕੈਂਪ ਉਹਨੂੰ ਸਾਦੇ ਸੀ, 4 ਨੰਬਰ ਦਾ ਪਤਾ ਨਹੀਂ ਹੁਣ ਕੀ ਲਾਇਆ ਸੀ। ਉੱਥੇ ਦੁਨੀਆ ਬੜਾ ਚਿਰ ਬੈਠੀ ਰਹੀ, ਲੋਕ ਰਸਣ ਰੁਸਣ ਖਾਂਦੇ ਰਹੇ, ਅਸੀਂ ਤਾਂ ਨਹੀਂ ਬੈਠੇ। ਅਸੀਂ ਤਾਂ ਉੱਥੇ ਉੱਠੇ 'ਤੇ ਚੱਲ ਗਏ, ਪਿੰਡ ਹਡਿਆਰਾ ਇੱਕ ਬਾਰਡਰ 'ਤੇ ਸਦਾਉਂਦਾ, ਉੱਥੇ ਜਿਸਲੇ ਗਏ ਹਾਂ ਬਹਿ ਰਹੇ ਜਾ ਕੇ ਇੱਕ 2-3 ਮਹੀਨੇ, ਖੀਰ ਉੱਧਰ ਅਨਾਜ ਨਹੀਂ ਸੀ ਮਿਲਦਾ, ਜਿਹੜੇ ਅਨਾਜ ਨਹੀਂ ਸਰ ਮਿਲਿਆ, ਫਿਰ ਅਸੀਂ ਉੱਥੋਂ ਉੱਠ ਕੇ ਇੱਧਰ ਆ ਗਏ। ਇਹ ਜਿਹੜੀ ਪਿੰਡ ਹੈ, ਨਹੀਂ ਗੁਜਰਾਂ ਵਾਲੇ ਆ ਗਏ, ਇਹ ਗੁਜਰਾਂ ਵਾਲਾ ਹੀ ਆ ਨਾ, ਅਗਲਾ ਪਿੰਡ ਜਾ ਪਿੰਡ ਇਹ ਗੁਜਰਾਂ ਵਾਲਾ ਹੀ ਆ ਨਾ। ਨਹੀਂ ਉਸ ਟਾਈਮ ਮੈਂ, ਕਿਹੜਾ ਪਿੰਡ ਹੈ ਵੈਸੇ? ਇਹ ਡੇਹਲਾ ਚੱਠਾ। ਡੇਹਲਾ ਚੱਠਾ ਜਿਹੜਾ ਪਿੰਡ ਹੈ ਨਾਲ ਕਲੇਰ ਪਿੰਡ ਹੈ, ਇੱਥੇ ਇੱਕ ਛੋਟਾ ਹੀ। ਅੱਛਾ, ਨਹੀਂ ਜਦੋਂ ਇਸ ਪਿੰਡ 'ਚ ਆਏ ਤੁਸੀਂ, ਹਾਂਜੀ, ਉਦੋਂ ਇਸ ਪਿੰਡ ਦੀ ਆਬਾਦੀ ਕਿੰਨੀ ਕੁ ਸੀ? ਇੰਨੀ ਸੀ ਉਦਣ ਵੀ, ਵੱਡਾ ਪਿੰਡ ਸੀ ਇਹ ਪਿੰਡ ਵਾਹਵਾ ਹੀ ਹੈ। ਨਹੀਂ ਹੁਣ ਤਾਂ 4 ਹਿੱਸੇ ਵੱਧ ਹੈ। ਉਹ ਨਹੀਂ ਕੁਛ ਵੀ ਨਹੀਂ, ਮੈਨੂੰ ਪਤਾ ਹੈ ਉਸ ਲਈ ਕਿੰਨੀ ਕੁ ਡੇਹਲਿਆਂ ਦੀ ਜਿੰਨੀ ਆਬਾਦੀ ਘੱਟ ਵਧੀ ਹੈ, ਕਿਸੇ ਪਿੰਡ ਦੀ ਵਧੀ ਨਹੀਂ। ਅਬਰਪਾਲਾ ਸਾਡੇ ਕੋਲ 5 ਗੁਣੇ ਹੋ ਗਈਆਂ, ਸਾਡਾ ਪਿੰਡ ਹੀ ਦੂਣਾ ਹੋ ਗਿਆ। ਹੁਣ ਇਸ ਪਿੰਡ 'ਚ ਕਿਹੜੀ ਕਿਹੜੀ ਆਬਾਦੀ ਰਹਿੰਦੀ ਹੈ? ਇਹ ਮੁਸਲਮਾਨ ਹੀ ਹੈ ਹੁਣ ਸਾਰੇ, ਹੁਣ ਇੱਥੇ ਕਿਹੜਾ ਕੋਈ ਦੂਸਰੀ ਆਬਾਦੀ, ਮੁਸਲਮਾਨ ਹੀ ਹੈ ਜ਼ਿਆਦਾ। ਮਸੀਹ ਬਰਾਦਰੀ ਹੈ, ਮਸੀਹ ਥੋੜ੍ਹੀ ਹੈ, ਮੈਂ ਸੜਕ ਦੇ ਥੋੜ੍ਹੇ ਜਿਹੇ ਘਰ ਹੈ, 4 ਬਸਤੀਆਂ ਸਾਡੇ ਪਿੰਡ 'ਤੇ, ਇੱਥੇ ਹੁਣ 400 ਘਰ ਇਸ ਪਿੰਡ ਦੇ ਵਿੱਚ, 4 ਬਸਤੀਆਂ, 400 ਘਰ ਹੋਣਾ ਹਿਸਾਬ ਨਾਲ, 250-300 ਤਾਂ ਹੋਣਾ ਹੀ। ਤਰੱਕੀ ਕਿਹਨਾਂ ਦਾ? ਸਾਈਆਂ ਦਾ, ਮਸੀਹਾਂ ਦੀ ਗੱਲ ਕਰਦਾ, 300 ਘਰ ਮਸੀਹਾਂ ਦਾ, ਹਾਂਜੀ, 2-3 ਹੀ ਥਾਈਆਂ ਨੇ। ਅੱਛਾ ਜੀ, ਇਹ ਦੱਸੋ ਇਸ ਪਿੰਡ ਦੇ ਵਿੱਚ ਪੁਰਾਣੇ ਮਕਾਨ ਕਿਹੜੀ ਸਾਈਡ 'ਤੇ ਸਨ? ਪੁਰਾਣੇ ਜੀ ਆਪੇ ਸ਼ਾਇਦ ਸੀ, ਪਿੰਡ ਵਿਚਕਾਰ ਹੀ ਸੀ, ਕੁਤਬਾਲਾ ਪਾਸਾ ਸੜਕੋਂ ਕੁਤਬਾਲਾ ਲੱਗਦਾ ਨਾ ਜਿਹੜਾ, ਹਾਂਜੀ, ਇਹਦੇ ਪੁਰਾਣਾ ਹੀ ਸੀ, ਇਹ ਸਿੱਖਾਂ ਦੇ ਘਰ ਸਨ, ਸਿੱਖਾਂ ਦੀ ਸਜਾਦਾ। ਤੁਸੀਂ ਇੱਥੇ ਜਦੋਂ ਆਏ ਹੋ, ਇੱਥੋਂ ਦੇ ਜਿਹੜੇ ਪਹਿਲੇ ਸਾਈ ਰਹਿੰਦੇ ਸਨ ਜਾਂ ਜਿਹੜੇ ਵੀ ਰਹਿੰਦੇ, ਮਰਾਸੀ ਰਹਿੰਦੇ ਸਨ, ਉਹਨਾਂ ਕੋਲ ਤੁਸੀਂ ਇਸ ਪਿੰਡ ਦੀ ਹਿਸਟਰੀ ਪੁੱਛੀ? ਜੀ ਹਿਸਟਰੀ ਕੀ ਪੁੱਛਣੀ, ਕਿ ਅਸੀਂ ਇਹ ਪੁੱਛਿਆ ਕਿ ਇੱਥੇ ਜਿਹੜੇ ਮਾਜਰ, ਮਤਲਬ ਮੁਸਲਮ ਸਿੱਖ ਜ਼ਿਆਦਾ ਸੀ ਜਾਂ ਮੁਸਲਮਾਨ ਜ਼ਿਆਦਾ ਸੀ? ਤਕਰੀਬਨ ਰਲਵੇਂ ਸੀ, ਅੱਧੇ ਇੱਕ ਸਿੱਖ ਸੀ ਅਤੇ ਅੱਧੇ ਇੱਕ ਮੁਸਲਮਾਨ ਸੀ। ਜਿਹੜੇ ਇੱਥੋਂ ਦੇ ਮੁਸਲਮਾਨ ਸੀ ਪਹਿਲੇ ਰਹਿੰਦੇ, ਉਹਨਾਂ ਨੇ ਤੁਹਾਨੂੰ ਗੱਲਾਂ ਬਾਤਾਂ ਦੱਸੀਆਂ ਇਸ ਪਿੰਡ ਦੀਆਂ? ਉਹਨਾਂ ਨੇ ਸਾਨੂੰ ਗੱਲਾਂ ਬਾਤਾਂ ਕੀ ਦੱਸਣਾ, ਕਿਸੇ ਨੇ ਕੁਝ ਵੀ ਨਹੀਂ, ਕੋਈ ਹੈਲਪ ਨਹੀਂ ਕੀਤੀ, ਲੁੱਟ ਲੱਟ ਕੇ ਇਹਨਾਂ ਨੇ ਅੰਦਰ ਭਰ ਲਏ ਸੀ ਆਪਣੇ ਮਾਲ ਡੰਗਰ ਆਟਾ ਕੋਟਾ ਸਾਰਾ ਇਕੱਠਾ ਇਹਨਾਂ ਕਰਕੇ ਆਪਣੇ ਅੰਦਰ ਭਰੇ ਸਨ। ਸਾਨੂੰ ਕੀ ਲੱਭਾ, ਐਵੇਂ ਕਿਸੇ ਨੂੰ ਖਾਇਆ ਜੇ ਕੋਈ ਮੰਜੀ ਜੁੱਲੀ ਟੁੱਟੀ ਭੰਨੀ ਲੱਭੀ, ਕਿਸੇ ਨੂੰ ਕੁਝ ਵੀ ਨਹੀਂ ਲੱਭਾ। ਇਹ ਮਿਹਨਤ ਮਜ਼ਦੂਰੀ। ਤੁਹਾਨੂੰ ਇੱਥੇ ਆ ਕੇ ਜ਼ਮੀਨ ਕਿੰਨੀ ਪਈ ਫਿਰ? ਜਿਹੜੀ ਸਾਡੀ ਜ਼ਮੀਨ ਅਸਲ ਸੀ ਨਾ, ਉਹ ਹੀ ਸਾਨੂੰ ਪਈ ਹੈ। ਨਹੀਂ ਉਹ ਤਾਂ ਬਾਅਦ 'ਚ ਪਈ, ਮੈਂ ਤੁਹਾਨੂੰ ਦੱਸਣਾ ਆਰਜੀ ਅਲਾਟ ਨਹੀਂ ਨਹੀਂ ਗੱਲ ਸੁਣੋ, ਜਦੋਂ ਅਸੀਂ ਬਹਿ ਗਏ ਹਾਂ ਤਾਂ ਪਹਿਲੇ ਨੰਬਰ 'ਤੇ ਤਾਂ ਕੋਈ ਸਾਲ ਕਦਾਂ ਕੁਛ ਵੀ ਨਹੀਂ ਕਿਸੇ ਨੂੰ ਲੱਭਾ। ਅੱਛਾ, ਫਿਰ ਇਹਨਾਂ ਨੇ ਕੋਈ ਗੌਰਮੈਂਟ ਨੇ ਕੀਤਾ ਕੰਮ ਕਿ ਜੇ ਇਹਨਾਂ ਨੂੰ ਦਿੰਦੇ ਸੀ ਨਾ ਖਰਚਾ ਖੁਰਚਾ, ਅਤੇ ਉਹ ਖਰਚਾ ਖੁਰਚਾ ਤਾਂ ਨਹੀਂ ਲੱਭਦਾ, ਅਤੇ ਹੋਵੇ ਨਾ ਤਾਂ ਇਹਨਾਂ ਨੂੰ ਜ਼ਮੀਨ ਦਿਓ। ਜਿਹੜੀ ਹਿੰਦੂਆਂ ਦੀ ਜ਼ਮੀਨ ਸੀ ਨਾ, ਉਹ ਜਿਹੜਾ ਵੀ ਬੰਦਾ ਸੀ ਨਾ, ਜਿਹੜੀ ਮਰਜ਼ੀ ਬਰਾਦਰੀ ਦਾ ਸੀ, ਉਹਨਾਂ ਨੇ ਜ਼ਮੀਨ ਦਿੱਤੀ ਫੀ ਕੁਨਬਾ ਕਾ 5 ਕਿੱਲੇ, 5 ਕਿੱਲੇ ਜ਼ਮੀਨ ਦਿੱਤੀ, ਉਹ ਗੁਜ਼ਾਰਾ ਲਾਉਂ ਸੀ ਸਮਝ, ਹੋ ਗਿਆ ਨਾ। ਸਹੀ ਸਹੀ, ਉਹ ਜਿਹੜੇ 5 ਕਿੱਲੇ ਫੀ ਬੰਦਾ ਉਹਨਾਂ ਨੇ ਕੁਨਬਾ ਜ਼ਮੀਨ ਦਿੱਤੀ, ਉਹ ਕੁਝ ਅਰਸਾ ਰਹੀ, ਉਸ ਤੋਂ ਬਾਅਦ ਫਿਰ ਸਾਨੂੰ ਆਰਡਰ ਹੋਇਆ ਕਿ ਤੁਸੀਂ ਆਪਣੇ ਕਲੇਮ ਦਿਓ, ਕਲੇਮ ਜਿਹੜੀ ਤੁਹਾਡੇ ਕੋਲ ਜਿੰਨੀ ਜ਼ਮੀਨ ਤੁਹਾਡੀ ਹੈ ਸੀ, ਜਿੱਥੇ ਹੈ ਸੀ ਉਹ ਆਪਣਾ ਪਤਾ ਨਵਾਂ ਅਤਾ ਪਿਤਾ ਲਿਖ ਕੇ ਨਾ, ਉਹ ਸਾਨੂੰ ਕਲੇਮ ਦਿਓ। ਅਸਾਂ ਫਿਰ ਉਹ ਕਲੇਮ ਦਿੱਤੇ, ਜਿਹਦੀ ਆਖਰ ਕੋਈ ਚੀਜ਼ ਹੈ ਸੀ ਉਹਨੇ ਫਿਰ ਲਿਖ ਕੇ ਉਹਨੂੰ, ਫਿਰ ਉਹ ਕਲੇਮ ਦਾ ਜੋ ਕੁਝ ਮਗਰੋਂ ਆਇਆ ਉਹਦੇ ਹਿਸਾਬ ਦਾ ਮਿਲ ਗਿਆ।